ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ, ਪ੍ਰੋਗਰਾਮ ਨਜ਼ਰੀਆ ਲੈ ਕੇ ਹਾਜ਼ਰ ਹਾਂ। ਦੋਸਤੋ, ਪੰਜਾਬ ਦੀ ਸਿਆਸਤ ਅਤੇ ਦੇਸ਼ ਦੀ ਸਿਆਸਤ ਦੇ ਵਿੱਚ ਇਸ ਵਕਤ ਬਹੁਤ ਕੁਝ ਹੋ ਰਿਹਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ, ਪਰਖਣ ਅਤੇ ਸਮਝਣ ਵਾਲੀਆਂ ਨੇ। ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਜੋੜ ਤੋੜ ਚੱਲ ਰਹੇ ਨੇ, ਹਾਲਾਂਕਿ ਲੋਕਾਂ ਨੂੰ ਇਹ ਭਰੋਸਾ ਹੈਗਾ ਕਿ ਜਿਸ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਿਆਨਬਾਜ਼ੀ ਕਰ ਰਹੇ ਨੇ, ਤਾਂ ਉੱਥੋਂ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਨੇ ਅੰਡਰਸਟੈਂਡਿੰਗ ਕਰ ਲਈ ਹੈ ਆਪਣੀਆਂ ਜਿਹੜੀਆਂ ਅਲਾਇੰਸ ਪਾਰਟੀਆਂ ਨੇ, ਅਤੇ ਸਰਕਾਰ ਬਣਨ ਜਾ ਰਹੀ ਹੈ ਅੱਜ, ਕਿਉਂਕਿ ਅਸਤੀਫਾ ਦਿੱਤਾ ਸੀਗਾ ਪ੍ਰਧਾਨ ਮੰਤਰੀ ਸਾਹਿਬ ਨੇ। ਜਿਹੜੀ ਰਸਮ ਹੁੰਦੀ ਹੈ ਉਹ ਅਦਾ ਕਰ ਦਿੱਤੀ ਹੈ, ਇਸ ਤੋਂ ਬਾਅਦ ਰਸਮੀ ਤੌਰ 'ਤੇ ਸਰਕਾਰ ਬਣਾਉਣ ਦੀ ਜਿਹੜੀ ਹੈ ਉਹ ਪੂਰੀ ਰਣਨੀਤੀ ਉਹ ਲਿਖੀ ਜਾਣੀ ਹੁੰਦੀ ਹੈ। ਪਰ ਵਿਰੋਧੀ ਧਿਰ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਕਿ ਜੋੜ ਤੋੜ ਕਰ ਲਿਆ ਜਾਵੇ। ਅਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ। ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗ ਲਿਆ ਹੈਗਾ, ਉਹਦੀ ਚਰਚਾ ਕਰਨੀ ਹੈ। ਇਸ ਦੇ ਨਾਲ ਹੀ ਚਰਚਾ ਇਹ ਵੀ ਕਰਨੀ ਹੈ ਕਿ ਹਾਰ ਜਿੱਤ ਤੋਂ ਬਾਅਦ ਰਵਨੀਤ ਬਿੱਟੂ ਕੀ ਕਹਿ ਰਹੇ ਨੇ, ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਾਂਗਰਸ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ। ਝਾਤ ਉੱਤੇ ਵੀ ਮਾਰਾਂਗੇ, ਅਤੇ ਨਾਲ ਦੀ ਨਾਲ ਇਹ ਵੀ ਗੱਲ ਕਰਨੀ ਹੈ ਕਿ ਅੰਮ੍ਰਿਤਸਰ ਸੀਟ ਨੂੰ ਲੈ ਕੇ ਬੜੀਆਂ ਚਰਚਾਵਾਂ ਰਹੀਆਂ ਸੀਗੀਆਂ, ਅਤੇ ਅੰਮ੍ਰਿਤਸਰ ਸੀਟ ਦੀ ਜਿੱਤ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਵੀ ਦਰਬਾਰ ਸਾਹਿਬ ਪਹੁੰਚੇ, ਅਤੇ ਹਾਰ ਤੋਂ ਬਾਅਦ ਧਾਲੀਵਾਲ ਸਾਹਿਬ ਵੀ ਜਿਹੜੇ ਨੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ, ਗੁਰੂ ਘਰ ਪਹੁੰਚ ਰਹੇ ਨੇ। ਪਰ ਨਾਲ ਦੀ ਨਾਲ ਜੋਸ਼ੀ ਸਾਹਿਬ ਨੇ ਕਈ ਸਵਾਲ ਖੜ੍ਹੇ ਕੀਤੇ ਕਿ ਇਸ ਚੋਣ ਦੇ ਵਿੱਚ ਹਾਰ ਕਿਉਂ ਹੋਈ। ਉਹਨਾਂ ਨੇ ਕਈ ਚੀਜ਼ਾਂ, ਕਈ ਸ਼ੰਕੇ ਜਿਹੜੇ ਨੇ ਜ਼ਾਹਿਰ ਕੀਤੇ ਨੇ। ਨਾਲ ਦੀ ਨਾਲ ਇੱਕ ਬੜੀ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸਮਾਂ ਹੈਗਾ, ਬੜਾ ਸਿੱਖ ਕੌਮ ਦੇ ਲਈ ਬੜਾ ਦੁਵਿਧਾ ਵਾਲਾ ਸਮਾਂ ਸੀਗਾ, ਬੜੀ ਚਿੰਤਾ ਵਾਲਾ ਸਮਾਂ ਸੀਗਾ। ਅਤੇ ਉਸੇ ਤਰੀਕੇ ਦੇ ਨਾਲ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਸਮਾਂ ਸੀਗਾ, ਉਸ ਨੂੰ ਲੈ ਕੇ ਵੀ ਬੜੀਆਂ ਚਿੰਤਾਵਾਂ ਸੀਗੀਆਂ ਕਿ ਜੇ ਜਿੱਤ ਹਾਰ ਹੁੰਦੀ ਹੈ ਤਾਂ ਜਸ਼ਨ ਮਨਾਏ ਜਾਣਗੇ ਜਾਂ ਨਹੀਂ ਮਨਾਏ ਜਾਣਗੇ। ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਪੱਸ਼ਟ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਸ਼ਾਂਤਮਈ ਰਹਿਣਾ ਹੈਗਾ। ਜਿਸ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੋਈ ਹੈ, ਤਾਂ ਉਹਨੂੰ ਲੈ ਕੇ ਸਿੱਖ ਕੌਮ ਆਪਣੇ ਤੌਰ 'ਤੇ ਵਿਚਰ ਰਹੀ ਹੈ। ਪਰ ਦੂਜੇ ਪਾਸੇ ਅੱਜ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਚੱਲ ਰਹੇ ਨੇ, ਧਾਰਮਿਕ ਸਮਾਗਮ, ਕੱਲ੍ਹ ਭੋਗ ਪਾਏ ਜਾਣੇ ਨੇ 6 ਜੂਨ ਵਾਲੇ ਦਿਨ, ਤਾਂ ਉਹਨੂੰ ਲੈ ਕੇ ਵੀ ਕੀ ਚੀਜ਼ਾਂ ਚੱਲ ਰਹੀਆਂ ਨੇ ਉਹਦੀ ਗੱਲਬਾਤ ਵੀ ਕਰਨੀ ਹੈਗੀ। ਅਤੇ ਅਖੀਰ 'ਤੇ ਇੱਕ ਬੜੀ ਚਿੰਤਾ ਦੀ ਗੱਲ ਹੈਗੀ ਆ ਕਿ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਇੰਨੀਆਂ ਵੱਡੀਆਂ ਚੋਣਾਂ ਦਾ ਅਖਾੜਾ ਹੋ ਕੇ ਹਟਿਆ, ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਸਨ, ਪਰ ਦੂਜੇ ਪਾਸੇ ਵੱਡੀ ਖੇਪ ਜਿਹੜੀ ਹੈ ਨਸ਼ੇ ਸੰਬੰਧੀ, ਉਹਦੇ ਬਾਰੇ ਵੀ ਇੱਕ ਵੱਡੀ ਖਬਰ ਸਾਡੇ ਤੱਕ ਪਹੁੰਚੀ ਆ। ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਕਿਸ ਤਰੀਕੇ ਨਾਲ ਅੰਮ੍ਰਿਤਸਰ ਇਲਾਕੇ ਦੇ ਵਿੱਚ ਇੱਕ ਵੱਡੀ ਰੇਡ ਕੀਤੀ ਗਈ, ਅੰਮ੍ਰਿਤਸਰ ਦੇ ਇਲਾਕੇ ਨੂੰ ਕਵਰ ਕੀਤਾ ਗਿਆ, ਉੱਥੇ ਕਿਸ ਤਰੀਕੇ ਨਾਲ ਪੁਲਿਸ, ਕਿਸ ਤਰੀਕੇ ਨਾਲ BSF ਦੇ ਅਧਿਕਾਰੀ ਪਹੁੰਚੇ, ਕਿਸ ਤਰੀਕੇ ਨਾਲ ਕਰੀਬ 2 ਕਰੋੜ ਦੀ ਡਰੱਗ ਮਨੀ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ, ਅਤੇ ਚਿੰਤਾ ਦੀ ਗੱਲ ਹੈ। ਤਾਂ ਤਮਾਮ ਖਬਰਾਂ 'ਤੇ ਝਾਤ ਮਾਰਨੀ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ ਕਿ ਦੇਸ਼ ਦੇ ਵਿੱਚ ਇਸ ਵਕਤ ਗੱਠਜੋੜ ਨੂੰ ਲੈ ਕੇ ਚਰਚਾਵਾਂ ਜ਼ੋਰਾਂ 'ਤੇ ਨੇ। ਜਿਸ ਤਰੀਕੇ ਦੇ ਨਾਲ ਦੇਸ਼ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, NDA ਦੀ ਅਲਾਇੰਸ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਹੈਗਾ ਕਿ ਦੁਬਾਰਾ ਤੀਜੀ ਵਾਰ ਸਰਕਾਰ ਬਣਾ ਲਈ ਜਾਵੇ, ਅਤੇ ਦੂਜੇ ਪਾਸੇ ਪੂਰੀ ਕੋਸ਼ਿਸ਼ ਜਿਹੜੀ ਹੈ ਇੰਡੀਆ ਗਠਬੰਧਨ ਵੀ ਕਰਦਾ ਨਜ਼ਰ ਆਇਆ ਸੀਗਾ ਕਿ ਇਹ ਜਿਹੜੇ ਭਾਈਵਾਲ ਨੇ ਜਿਹੜੇ ਭਾਜਪਾ ਦੇ ਨਾਲ ਜੁੜ ਕੇ NDA ਗੱਠਜੋੜ ਬਣਾਉਂਦੇ ਨੇ, ਉਹਨਾਂ ਨੂੰ ਆਪਣੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਕਰ ਲਿਆ ਜਾਵੇ। ਹਾਲਾਂਕਿ ਅੱਜ ਜਿਹੜੀਆਂ ਰਸਮਾਂ ਦੇ ਮੁਤਾਬਕ ਰਸਮੀ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰਕਿਰਿਆ ਉਹ ਆਰੰਭੀ ਜਾਣੀ ਹੈਗੀ। ਇਹਦੇ ਵਿੱਚ ਸਾਫ਼ ਤੌਰ 'ਤੇ ਭਾਜਪਾ ਜਿਹੜੀ ਹੈ ਉਹ ਸਾਫ਼ ਤੌਰ 'ਤੇ ਆਪਣੇ ਅਧਿਕਾਰੀਆਂ ਦੇ ਨਾਲ, ਆਪਣੇ ਕਰਮਚਾਰੀਆਂ ਦੇ ਨਾਲ, ਆਪਣੇ ਵਰਕਰਾਂ ਦੇ ਨਾਲ ਇਹੀ ਗੱਲ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਨੇ ਕਿ ਲੋਕਾਂ ਦਾ ਧੰਨਵਾਦ, ਅਸੀਂ ਜਿਹੜਾ ਇਹ ਮੈਂਡੇਟ ਹਾਸਲ ਕੀਤਾ ਹੈਗਾ, ਇਹਦੇ ਪਿੱਛੇ ਲੋਕਾਂ ਦੀ ਵੱਡੀ ਜਿੱਤ ਹੋਈ ਹੈ, ਕਿਉਂਕਿ ਪਹਿਲੀ ਵਾਰ ਹੋਇਆ ਕਿ ਇਸ ਤਰੀਕੇ ਨਾਲ ਤੀਜੀ ਵਾਰ ਕੋਈ ਲਗਾਤਾਰ ਪ੍ਰਧਾਨ ਮੰਤਰੀ ਬਣਿਆ ਹੋਵੇ। ਕਿਉਂਕਿ ਇਸ ਤੋਂ ਬਾਅਦ ਪਹਿਲਾਂ ਉਹ ਕਹਿੰਦੇ ਨੇ ਕਿ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਉਹ ਕੋਈ ਨਾ ਕੋਈ ਇਨਫਲੂਐਂਸ ਜਿਹੜਾ ਸੀਗਾ ਉਹਦੇ ਪਿੱਛੇ ਹੁੰਦਾ ਸੀਗਾ, ਪਰ ਇਸ ਵਾਰ ਲੋਕਾਂ ਦੀ ਜਿੱਤ ਹੋਈ ਆ, ਰਾਸ਼ਟਰ ਦੀ ਜਿੱਤ ਹੋਈ, ਇਸ ਕਰਕੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਲੋਕਾਂ ਨੇ ਮੌਕਾ ਦਿੱਤਾ ਹੈਗਾ ਤਾਂ ਬਹੁਤ ਸਾਰੀਆਂ ਚਰਚਾਵਾਂ ਨੇ, ਬਹੁਤ ਸਾਰੀਆਂ ਸਵਾਲ ਨੇ ਜਿਹੜੇ ਇਸ ਵਕਤ ਲਗਾਤਾਰਤਾ ਦੇ ਵਿੱਚ ਜਿਹੜੇ ਚੱਲ ਰਹੇ ਨੇ। ਹਾਲਾਂਕਿ ਦੂਜੇ ਪਾਸੇ ਇਹ ਵੀ ਗੱਲ ਹੈ ਕਿ NDA ਦੇ ਵਿੱਚ ਸਨਮਾਰੀ ਕਰਨ ਦੀ ਕੋਸ਼ਿਸ਼ ਜਿਹੜਾ ਇੰਡੀਆ ਅਲਾਇੰਸ ਲਗਾਤਾਰ ਕਰ ਰਿਹਾ ਸੀ, ਪਰ ਜਿਸ ਤਰੀਕੇ ਨਾਲ 272 ਦਾ ਅੰਕੜਾ ਜਿਹੜਾ ਹੈਗਾ ਉਹ ਪਾਰ ਕਰਨ ਦੇ ਵਿੱਚ ਇੰਡੀਆ ਗਠਬੰਧਨ ਨੂੰ ਦਿੱਕਤਾਂ ਆਉਣਗੀਆਂ, ਪਰ ਦੂਜੇ ਪਾਸੇ ਜਦੋਂ ਅਸੀਂ NDA ਦੀ ਗੱਲ ਕਰਦੇ ਹਾਂ ਤਾਂ ਉਹਨਾਂ ਤੋਂ ਕਲੀਅਰ ਕੱਟ ਮੈਂਡੇਟ ਹੈਗਾ। ਹਾਲਾਂਕਿ ਭਾਜਪਾ ਜਿਹੜੀ ਹੈ ਉਹ 240 'ਤੇ ਸਿਮਟ ਗਈ, ਪਿਛਲੀ ਵਾਰ 300 ਦਾ ਅੰਕੜਾ ਪਾਰ ਕਰਨ ਦੇ ਵਿੱਚ ਕਾਮਯਾਬ ਰਹੀ ਸੀ ਅਤੇ ਇਸ ਵਾਰ 400 ਦਾ ਨਾਅਰਾ ਦਿੱਤਾ ਸੀ, ਉਸ ਨਾਅਰੇ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਆਈ ਹੈ। ਪਰ ਜੇ ਅਸੀਂ ਕੁੱਲ ਮਿਲਾ ਕੇ ਮੈਂਡੇਟ ਦੀ ਗੱਲ ਕਰੀਏ, 272 ਜਿਹੜੀਆਂ ਸੀਟਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਹੁੰਦੀ ਹੈ, ਉਹ ਅੰਕੜਾ ਆਸਾਨੀ ਦੇ ਨਾਲ ਜਿਹੜਾ NDA ਗੱਠਜੋੜ ਹੈਗਾ ਉਹ ਪਾਰ ਕਰ ਚੁੱਕਾ। ਪਰ ਫਿਰ ਵੀ ਹੁਣ ਦਾਅ ਖੇਡੇ ਜਾਣੇ ਨੇ, ਦਾਅ ਕਿਹਦੇ ਹੱਥ ਵੱਡੀ ਗੇਮ ਲੱਗਦੀ ਹੈ, ਕਿਹਦੇ ਹੱਥ ਵੱਡੀ ਕੁਰਸੀ ਲੱਗਦੀ ਹੈ, ਕਿਹਦੇ ਹੱਥ ਵੱਡਾ ਮੰਤਰਾਲਾ ਲੱਗਦਾ ਹੈਗਾ, ਤਾਂ ਇਹਨੂੰ ਲੈ ਕੇ ਚਰਚਾਵਾਂ ਜ਼ੋਰਾਂ 'ਤੇ ਹੈਗੀਆਂ ਨੇ। ਦੂਜੇ ਪਾਸੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਪੱਕੀ ਹੋਈ ਹੈ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰਦੀ ਸੀ ਉਹ ਦਾਅਵੇ ਉਸ ਤਰੀਕੇ ਨਾਲ ਨਹੀਂ ਨਿਕਲੇ। 3 ਸੀਟਾਂ 'ਤੇ ਆਮ ਆਦਮੀ ਪਾਰਟੀ ਸਿਮਟ ਗਈ। ਦੂਜੇ ਪਾਸੇ ਕਾਂਗਰਸ ਜਿਹੜੀ ਹੈ ਉਸਨੇ ਆਪਣਾ ਵਿਸਥਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਤਾਂ ਅੱਜ ਚੰਡੀਗੜ੍ਹ ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਬੋਲੇ ਤਾਂ ਉਹਨਾਂ ਨੇ ਸਾਫ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਤੱਕ ਮੰਗ ਲਿਆ। ਕਹਿੰਦੇ ਕਿ ਲੋਕਾਂ ਦਾ ਭਰੋਸਾ ਤੁਹਾਡੇ ਤੋਂ ਉੱਠ ਚੁੱਕਾ ਹੈਗਾ, ਇਸ ਕਰਕੇ ਤੁਹਾਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ। ਉਹ ਕਹਿੰਦੇ ਕਿ ਕਾਂਗਰਸ ਦੀ ਵੋਟ ਸ਼ੇਅਰ ਦੇ ਵਿੱਚ ਇਜ਼ਾਫਾ ਹੋਇਆ ਸੀ, 18 ਤੋਂ 30 ਦਾ ਅੰਕੜਾ ਪਾਰ ਕਰ ਚੁੱਕੇ ਹਾਂ, ਤਾਂ ਲੋਕਾਂ ਨੂੰ ਸਾਡੇ 'ਤੇ ਭਰੋਸਾ ਹੋਇਆ, ਇਸੇ ਕਰਕੇ ਲੋਕ ਐਤਬਾਰ ਕਰ ਰਹੇ ਨੇ ਅਤੇ ਉਹਨਾਂ ਦਾ ਮੌਜੂਦਾ ਧਿਰ ਤੋਂ ਮੌਜੂਦਾ ਸਰਕਾਰ ਤੋਂ ਭਰੋਸਾ ਉੱਠ ਗਿਆ। ਇਸ ਤੋਂ ਇਲਾਵਾ ਜਦੋਂ ਪੱਤਰਕਾਰ ਨੇ ਸਵਾਲ ਕੀਤੇ ਕਿ ਤੁਸੀਂ ਇੰਡੀਆ ਅਲਾਇੰਸ ਦੇ ਵਿੱਚ ਸਾਂਝੇ ਤੌਰ 'ਤੇ ਹੋ, ਤਾਂ ਕਹਿੰਦੇ ਅਸੀਂ ਪੰਜਾਬ ਦੀ ਸਥਿਤੀ ਪਹਿਲੇ ਸਪਸ਼ਟ ਕਰ ਦਿੱਤੀ ਸੀ। ਇਸ ਵਕਤ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਸੀ, ਕਹਿੰਦੇ ਅਸੀਂ ਪੰਜਾਬ ਦੀ ਸਥਿਤੀ ਪਹਿਲੇ ਸਪਸ਼ਟ ਕਰ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਇੰਡੀਆ ਅਲਾਇੰਸ ਕਿਸੇ ਤਰੀਕੇ ਦਾ ਵੀ ਕੰਮ ਨਹੀਂ ਕਰੂਗਾ, ਇੱਥੇ ਅਸੀਂ ਇੰਡੀਪੈਂਡੈਂਟਲੀ ਲੜਾਂਗੇ। ਅਤੇ ਕਹਿੰਦੇ ਸਾਡਾ ਫੈਸਲਾ ਜਿਹੜਾ ਸੀਗਾ ਉਹ ਬਾਦਸਤੂਰ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਸੀਗੇ ਅਤੇ ਹੁਣ ਵੀ ਉਹ ਬਿਲਕੁਲ ਦਰੁਸਤ ਨਿਕਲਿਆ ਹੈਗਾ। ਤਾਂ ਇਸੇ ਕਰਕੇ ਅਸੀਂ ਇਹ ਕਹਿੰਦੇ ਸੀਗੇ ਕਿ ਮੌਜੂਦਾ ਧਿਰ ਜਿਹੜੀ ਹੈਗੀ ਉਹਨਾਂ ਦੀ ਲੋਕਾਂ ਦੇ ਵਿੱਚ ਸਾਖ ਜਿਹੜੀ ਹੈਗੀ ਆ ਉਹ ਮੱਠੀ ਪੈ ਚੁੱਕੀ ਹੈ ਅਤੇ ਅਸੀਂ ਇਸ ਗੱਠਜੋੜ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਨਹੀਂ ਲੜ ਸਕਦੇ। ਤਾਂ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਘਰਾਂ ਦੇ ਵਿੱਚ ਬਹਿ ਜਾਵਾਂਗੇ ਪਰ ਇਸ ਗੱਠਜੋੜ ਦੇ ਵਿੱਚ ਸੂਬੇ ਦੇ ਵਿੱਚ ਚੋਣ ਨਹੀਂ ਲੜਾਂਗੇ। ਤਾਂ ਬਹੁਤ ਸਾਰੀਆਂ ਟਿੱਪਣੀਆਂ, ਬਹੁਤ ਸਾਰੇ ਵੱਖ ਵੱਖ ਤਰੀਕੇ ਦੇ ਬਿਆਨ ਜਿਹੜੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਹੇ ਨੇ, ਇੱਕ ਨਜ਼ਰ ਮਾਰ ਲੈਂਦੇ ਹਾਂ। ਸਾਰਿਆਂ ਨੇ ਬਹੁਤ ਜ਼ੋਰ ਲਗਾਇਆ, ਕੋਈ ਕਸਰ ਨਹੀਂ ਛੱਡੀ। ਸਮੁੱਚੇ ਪੰਜਾਬ ਦੇ ਸਾਰੇ ਹੀ ਵੋਟਰਸ ਦਾ ਅਤੇ ਪੰਜਾਬੀਆਂ ਦਾ ਮੈਂ ਧੰਨਵਾਦ ਕਰਨਾ। ਜਿਹੜੀ ਗੱਲ ਦੀ ਸਾਰਿਆਂ ਨੂੰ ਪਾਰਟੀ ਹਾਈ ਕਮਾਂਡ ਨੂੰ ਅਤੇ ਸਾਡੀ ਇੱਕ ਸੋਚ ਸੀ ਕਿ ਪਿਛਲਾ ਨੰਬਰ ਅਸੀਂ ਘੱਟ ਤੋਂ ਘੱਟ ਸਸਟੇਨ ਕਰਨਾ, ਉਹਦੇ ਵਿੱਚ ਮੈਂ ਮਨੀਸ਼ ਤਿਵਾੜੀ ਸਾਹਿਬ ਸਾਡੇ ਛੋਟੇ ਭਾਈ ਨੇ ਪੰਜਾਬ ਨੂੰ ਹੀ ਰਿਪ੍ਰਜੈਂਟ ਕਰਦੇ ਰਹੇ ਨੇ। ਚੰਡੀਗੜ੍ਹ 'ਚ ਬੜੀ ਹਿਸਟੋਰਿਕ ਵਿਕਟਰੀ ਉਹਨਾਂ ਦੀ ਵੀ, ਜਿਸ ਤਰ੍ਹਾਂ ਰਾਜਾ ਜੀ ਅਤੇ ਬਾਕੀ ਸਾਥੀਆਂ ਦੀ ਹੋਈ ਉਸ ਤਰ੍ਹਾਂ ਹੀ ਵੱਡੀ ਵਿਕਟਰੀ ਹੋਈ ਹੈ। ਸਾਡਾ ਨੰਬਰ ਉਹੀ ਰਹਿੰਦਾ, 8 ਦਾ 8 ਨੰਬਰ ਹੈ ਸਾਡਾ, ਕਿਉਂਕਿ ਹੋਰ ਭਾਵੇਂ ਕਬੂਲਣ ਨਾ ਕਬੂਲਣ, ਇੰਡੀਅਨ ਨੈਸ਼ਨਲ ਕਾਂਗਰਸ ਕਬੂਲਦੀ ਹੈ ਕਿ ਚੰਡੀਗੜ੍ਹ ਸਾਡਾ ਕੈਪੀਟਲ ਹੈ, ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਹਮੇਸ਼ਾ ਵਾਸਤੇ ਰਹੇਗਾ। ਸੋ ਉਹ ਸਾਡੀ ਵਿਕਟਰੀ ਹੋਈ ਹੈ। ਮੈਂ ਇੱਕ ਕੁਝ ਚੀਜ਼ਾਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ। ਤਕਰੀਬਨ 2.25 ਸਾਲ 'ਚ 92 ਸੀਟਾਂ ਆਪਨੇ ਜਿੱਤੀਆਂ ਸੀ, ਐਤਕੀ ਉਹਨਾਂ ਦਾ ਨੰਬਰ ਘੱਟ ਕੇ 32 'ਤੇ ਰਹਿ ਗਿਆ, 60 ਸੀਟਾਂ ਆਪ ਲੂਜ਼ ਕੀਤੀ। ਅਸੀਂ ਆਪਣੀ ਸਾਰੀ ਕਾਂਗਰਸ ਦੀ ਇਮਾਨਦਾਰੀ ਨਾਲ ਜਿਹੜੀ ਪਰਫੋਰਮੈਂਸ ਕੀਤੀ ਹੈ, ਲੋਕਾਂ ਦੇ ਹਰ ਵਰਗ ਵਾਸਤੇ ਲੜੇ, ਉਹ 18 ਤੋਂ ਅਸੀਂ 36 'ਤੇ ਪਹੁੰਚ ਗਏ। ਸੋ ਇਹਦੇ ਵਿੱਚ ਨਿਰੇ 5 ਸਿਟਿੰਗ ਮਿਨਿਸਟਰ 'ਚੋਂ 4 ਲੂਜ਼ ਕੀਤੇ ਨੇ ਆਪ ਨੇ,
ਅਤੇ 10 ਸਿਟਿੰਗ ਮਿਨਿਸਟਰਸ ਲੂਜ਼ ਕੀਤੇ। ਸੋ ਮੈਂ ਅੱਜ ਭਗਵੰਤ ਮਾਨ ਜੀ ਨੂੰ ਇਹ ਗੁਜ਼ਾਰਿਸ਼ ਕਰਾਂਗਾ, ਭਗਵੰਤ ਜੀ ਤੁਹਾਡੀ ਪਾਰਟੀ ਬਹੁਤ ਵੱਡੇ ਮੋਰਲਸ ਦੀ ਗੱਲ, ਸਿਧਾਂਤਾਂ ਦੀ ਗੱਲ ਕਰਦੀ ਆਈ, ਜੇ ਤੁਸੀਂ ਥੋੜ੍ਹਾ ਮੋਟਾ ਵੀ ਮੋਰਲ ਸਮਝਦੇ ਹੋ ਜਿਸ ਦੇ ਨਾਂ ਵਿੱਚ ਮਾਨ ਹੋਏ, ਜੇ ਸਹੀ ਮਿਹਨਤ 'ਚ ਹੀ ਆਪਣਾ ਮਾਨ ਰੱਖਣਾ ਚਾਹੁੰਦੇ ਹੋ ਤਾਂ ਇਟ ਇਜ਼ ਹਾਈ ਟਾਈਮ ਹੁਣ ਤੁਸੀਂ ਅਸਤੀਫਾ ਦਿਓ ਅਤੇ ਕਿਸੇ ਹੋਰ ਬੰਦੇ ਨੂੰ ਆ ਦਿੱਤਾ। ਤੁਹਾਡੇ ਹੁੰਦੇ ਜੋ ਹਾਲ ਅੱਜ ਹਸ਼ਰ ਹੋਇਆ, ਇੱਕ ਟੋਟਲ ਫਤਵਾ ਨੈਸ਼ਨਲ ਲੈਵਲ 'ਤੇ ਨਰਿੰਦਰ ਮੋਦੀ ਦੇ ਖਿਲਾਫ਼ ਹੈ, ਸੂਬੇ ਦੇ ਲੈਵਲ 'ਤੇ ਆਪ ਦੇ ਖਿਲਾਫ਼। ਮੈਂ ਸਮਝਣਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਹੋਈ, ਸਾਡੇ ਕੋਲ ਸਹੀ ਇੱਕ ਫੈਸਲਾ ਲਿਆ ਗਿਆ ਜਿਸ ਦੇ ਨਾਲ ਜਿਹੜਾ ਅਸੀਂ ਇਹਨਾਂ ਨਾਲ ਕਿਸੇ ਕਿਸਮ ਦਾ ਰਿਸ਼ਤਾ ਨਹੀਂ ਰੱਖਿਆ। ਲੋਕਾਂ ਨੇ ਡਾਇਰੈਕਟਲੀ ਇਹ ਦੱਸ ਦਿੱਤਾ ਕਿ ਸਾਡੀ ਚੋਇਸ ਕਾਂਗਰਸ, ਠੀਕ ਹੈ ਸਾਡੇ ਨਾਲ ਥੋੜ੍ਹੀ ਦੇਰ ਵਾਸਤੇ ਅੱਜ ਤੋਂ 2.5 ਸਾਲ ਪਹਿਲੇ ਨਾਰਾਜ਼ਗੀ ਹੋਈ ਸੀ, ਦੇ ਵਰ ਸਰਟਨ ਰੀਜ਼ਨਸ, ਬਟ ਵੀ ਹੈਵ ਪੁੱਟ ਆਰ ਹਾਊਸ ਇਨ ਆਰਡਰ, ਇਕੱਠੇ ਹੋ ਕੇ ਚੱਲੇ ਹਾਂ, ਪੰਜਾਬ ਦੇ ਹਰ ਮੁੱਦੇ 'ਤੇ ਲੜੇ, ਆਉਂਦੇ ਟਾਈਮ ਵਿੱਚ ਵੀ ਸੈਂਟਰ ਦੇ ਨਾਲ ਵੀ ਹਰ ਲੜਾਈ ਜਾਰੀ ਰੱਖਾਂਗੇ ਜਿੰਨਾ ਚਿਰ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ। ਸੋ ਮੈਂ ਆਪਣੇ ਸਾਰੇ ਵੀਰਾਂ ਨੂੰ ਜਿਹੜੇ ਜਿੱਤੇ ਨੇ ਉਹਨਾਂ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨਾ ਚਾਹਾਂਗਾ। ਜਿਹੜੇ ਇਸ ਜੰਗ ਦੇ ਵਿੱਚ ਸਫਲ ਨਹੀਂ ਹੋ ਸਕੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਸਵਾਰ ਹੁੰਦੇ, ਤੁਹਾਨੂੰ ਪਤਾ ਜਿਹੜੇ ਅਸਲ ਸਵਾਰ ਹੁੰਦੇ ਨੇ ਉਹ ਡਿੱਗ ਕੇ ਹੀ ਫਿਰ ਚੰਗੇ ਹਾਰਸ ਰਾਈਡਰਸ 'ਤੇ ਸਵਾਰ ਬਣਦੇ ਨੇ। ਦੇਰ ਇਜ਼ ਆਲਵੇਜ਼ ਅ ਸੈਕਿੰਡ ਟਾਈਮ, ਆਪਾਂ ਨੂੰ ਲਗਾਤਾਰ ਕੰਮ ਕਰਨਾ ਚਾਹੀਦਾ ਅਤੇ ਕੰਮ ਕਰਾਂਗੇ ਅਸੀਂ। ਅਤੇ ਰਾਜਾ ਜੀ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਜਿਸ ਤਰ੍ਹਾਂ ਅਸੀਂ ਇਕੱਠਿਆਂ ਨੇ ਬਾਕੀ ਸਾਥੀਆਂ ਦੇ ਨਾਲ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇ ਜਿੱਤ ਹਾਰ ਤੋਂ ਬਾਅਦ ਲਗਾਤਾਰ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਵੱਖ ਵੱਖ ਥਾਵਾਂ 'ਤੇ ਇੱਕ ਦੂਜੇ 'ਤੇ ਟਿੱਪਣੀਆਂ ਕਰਨ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ। ਲੁਧਿਆਣੇ ਦੀ ਸੀਟ 'ਤੇ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ। ਇਸ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਇਹ ਚੱਲਦੀ ਰਹੀ ਸੀ ਕਿ ਇੱਕ ਪਾਸੇ ਰਵਨੀਤ ਬਿੱਟੂ ਕਿਉਂਕਿ ਸਿਟਿੰਗ MP ਸੀਗੇ, ਤਾਂ ਦੂਜੇ ਪਾਸੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਚੋਣ ਮੈਦਾਨ ਦੇ ਵਿੱਚ ਜਦੋਂ ਉਤਰੇ ਤਾਂ ਉਹਨਾਂ ਨੇ ਇੱਕ ਐਕਸ ਫੈਕਟਰ ਦੇ ਤੌਰ 'ਤੇ ਕੰਮ ਕਰਨਾ ਸੀਗਾ, ਅਤੇ ਇਸੇ ਕਰਕੇ ਪੂਰੀ ਤਾਕਤ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਂਗਰਸ ਦੀ ਪਾਰਟੀ ਦੇ ਵੱਲੋਂ ਲੁਧਿਆਣੇ ਦੇ ਵਿੱਚ ਝੋਕੀ ਗਈ। ਅਤੇ ਇਸ ਕਰਕੇ ਲੋਕ ਮੰਨਦੇ ਨੇ, ਜਿਹੜੇ ਚਿੰਤਕ ਨੇ ਉਹ ਮੰਨਦੇ ਨੇ ਕਿ ਰਾਜਾ ਵੜਿੰਗ ਦੀ ਜਿੱਤ ਹੋਈ ਹੈ ਅਤੇ ਰਵਨੀਤ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਰਵਨੀਤ ਬਿੱਟੂ ਅੱਜ ਮੀਡੀਆ ਦੇ ਸਾਹਮਣੇ ਆਏ, ਇੱਕ ਬਾਈਟ ਉਹਨਾਂ ਨੇ ਮੀਡੀਆ ਤੱਕ ਪਹੁੰਚਾਈ, ਆਪਣਾ ਪੱਖ ਰੱਖਦੇ ਹੋਏ ਨਜ਼ਰ ਆਏ, ਲੋਕਾਂ ਦਾ ਧੰਨਵਾਦ ਕੀਤਾ, ਪਰ ਨਾਲ ਦੀ ਨਾਲ ਕਹਿੰਦੇ ਕਿ ਸਾਡੀ ਹਾਰ ਦਾ ਕਾਰਨ ਸਿਰਫ ਇਹੀ ਸੀਗਾ ਕਿ ਸਾਨੂੰ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਸੋ ਕੋਲਡ ਕਿਸਾਨ ਸੀਗੇ, ਕਿਸਾਨਾਂ ਦੇ ਉੱਪਰ ਉਹਨਾਂ ਨੇ ਤੰਜ ਕੱਸਿਆ ਕਿ ਸਾਨੂੰ ਕਈ ਪਿੰਡਾਂ 'ਚ ਵੜਨ ਹੀ ਨਹੀਂ ਦਿੱਤਾ ਗਿਆ, ਤਾਂ ਉਸੇ ਕਰਕੇ ਕਹਿੰਦੇ ਸਾਡਾ ਨੁਕਸਾਨ ਹੋਇਆ ਹੈਗਾ, ਉਸੇ ਕਰਕੇ ਸਾਡਾ ਜਿਹੜਾ ਵੋਟ ਸ਼ੇਅਰ ਉਹ ਘਟਿਆ। ਕਹਿੰਦੇ ਜੇ ਅਸੀਂ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਸਾਨੂੰ ਸਾਰੇ ਪਾਸੇ ਲੋਕਾਂ ਨੇ ਰੱਜ ਕੇ ਪ੍ਰਵਾਨ ਕੀਤਾ, ਪਰ ਪੇਂਡੂ ਇਲਾਕੇ ਦੇ ਵਿੱਚੋਂ ਸਾਨੂੰ ਇਹ ਵੋਟ ਜਿਹੜੀ ਘਟੀ ਆ ਉਹਦੇ ਪਿੱਛੇ ਸਿੱਧੇ ਤੌਰ 'ਤੇ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ, ਕਾਂਗਰਸ 'ਤੇ ਵੀ ਇਲਜ਼ਾਮ ਲਗਾਏ ਕਿ ਪਿੱਛੇ ਇਹਨਾਂ ਦੇ ਵੀ ਹੱਥ ਹੋ ਸਕਦੇ, ਪਰ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਦਾ ਜ਼ਿਕਰ ਕੀਤਾ ਕਿ ਕੁਝ ਆਗੂ ਜਿਹੜੇ ਆਪਣੇ ਤੌਰ 'ਤੇ ਬਣੇ ਹੋਏ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਬਣਨ ਦਿੱਤਾ, ਜਿਸ ਕਰਕੇ ਸਾਡੇ ਵੋਟ ਸ਼ੇਅਰ ਦੇ ਵਿੱਚ ਕਮੀ ਆਈ। ਹਾਲਾਂਕਿ ਉਹਨਾਂ ਨੇ ਸਾਫ਼ ਤੌਰ 'ਤੇ ਇੱਕ ਗੱਲ ਹੋਰ ਦਾ ਜ਼ਿਕਰ ਕਰ ਦਿੱਤਾ, ਕਹਿੰਦੇ ਕਿ ਇਹ ਤਾਂ ਸਾਡਾ ਬਸ ਮੈਚ ਸੀਗਾ ਚਲੋ, ਪਰ ਸਾਡੀ ਅਸਲ ਤਿਆਰੀ ਜਿਹੜੀ ਆ 2027 ਦੇ ਲਈ ਸ਼ੁਰੂ ਹੋ ਗਈ ਹੈ, ਜਿਹਦੇ ਕਰਕੇ ਕਹਿੰਦੇ ਮੈਂ BJP ਦਾ ਹਿੱਸਾ ਬਣਿਆ। ਤਾਂ ਇੱਥੋਂ ਉਹਨਾਂ ਨੇ ਇੱਕ ਸ਼ੰਕਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਪਹਿਲੀ ਸੀਗਾ ਤਾਂ ਉਹਨੂੰ ਜ਼ਾਹਿਰ ਕਰ ਦਿੱਤਾ ਕਿ BJP ਇੱਕ ਵੱਡੀ ਖੇਡ ਦੀ ਖੇਡਣ ਦੇ ਇਰਾਦੇ ਦੇ ਵਿੱਚ ਹੈਗੀ ਹੈ। ਉਹਨਾਂ ਨੇ ਸਾਫ਼ ਤੌਰ 'ਤੇ ਜ਼ਿਕਰ ਕਰਤਾ ਕਿ ਅਸੀਂ 2027 ਦੀ ਪਲੈਨਿੰਗ ਕਰਕੇ ਆਏ ਹਾਂ।
ਤਾਂ ਇੱਥੋਂ ਜਿਹੜੀ ਮੌਜੂਦਾ ਧੇਰਾ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਉਹਨੂੰ ਵੀ ਥੋੜ੍ਹੀ ਸਤਰਕ ਹੋਊਗੀ ਅਤੇ ਨਾਲ ਦੇ ਨਾਲ ਕਾਂਗਰਸ ਵੀ ਜਿਹਨੇ ਇਸ ਪੂਰੇ ਚੋਣ ਪ੍ਰਕਿਰਿਆ ਦੇ ਦੌਰਾਨ ਵੱਡਾ ਮਾਰਜਨ ਹਾਸਿਲ ਕੀਤਾ ਉਹ ਵੀ ਸਤਰਕ ਹੋਣਗੇ। ਪਰ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੇ ਨੁਮਾਇੰਦੇ ਸੰਦੀਪ ਸੰਧੂ ਦੀ, ਤਾਂ ਉਹਨਾਂ ਨੇ ਆਪਣੇ ਤੌਰ 'ਤੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਕਾਂਗਰਸ ਪਾਰਟੀ 'ਤੇ ਭਰੋਸਾ ਕਰਨ 'ਤੇ, ਅਤੇ ਦੂਜੇ ਪਾਸੇ ਉਹਨਾਂ ਨੇ ਵਿਰੋਧੀਆਂ 'ਤੇ ਤਾਂ ਜੀ ਵੀ ਕਿਸੇ ਆਪਣੇ ਅੰਦਾਜ਼ ਦੇ ਨਾਲ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆਏ। ਰਵਨੀਤ ਬਿੱਟੂ 'ਤੇ ਵੀ ਤੰਜ ਕੱਸੇ ਅਤੇ ਨਾਲ ਦੀ ਨਾਲ ਮੌਜੂਦਾ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉੱਤੇ ਵੀ ਤੰਜ ਕੱਸੇ ਨੇ। ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਕਿਹਾ ਕਿ ਲੋਕਾਂ ਨੂੰ ਯਕੀਨ ਹੈਗਾ ਕਾਂਗਰਸ ਪਾਰਟੀ 'ਤੇ, ਇਸੇ ਕਰਕੇ ਉਹਨਾਂ ਨੇ ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਮੈਂਡੇਟ ਦਿੱਤਾ ਹੈਗਾ। ਅਤੇ ਨਾਲ ਦੀ ਨਾਲ ਰਵਨੀਤ ਬਿੱਟੂ ਦੇ ਰਵੱਈਏ 'ਤੇ ਵੀ ਉਹਨਾਂ ਨੇ ਸਵਾਲ ਖੜ੍ਹੇ ਕੀਤੇ ਅਤੇ ਮੌਜੂਦਾ ਧਿਰ ਨੂੰ ਕੀ ਕੁਝ ਕਿਹਾ ਹੈਗਾ। ਦੋਹਾਂ ਆਗੂਆਂ ਨੇ ਇੱਕ ਪਾਸੇ ਰਵਨੀਤ ਬਿੱਟੂ ਕੀ ਕੁਝ ਕਹਿ ਰਹੇ ਨੇ ਉਹ, ਅਤੇ ਦੂਜੇ ਪਾਸੇ ਸੰਦੀਪ ਸੰਧੂ ਕੀ ਕਹਿ ਰਹੇ ਨੇ, ਨਜ਼ਰ ਮਾਰ ਲੈਂਦੇ ਹਾਂ। 6 ਜੋ 5 ਵਿਧਾਨ ਸਭਾ ਹਲਕੇ ਆ ਜਿਹੜੇ ਉਹ 50-50 ਹਜ਼ਾਰ ਤੋਂ ਵੋਟ ਉੱਤੇ ਪਾਈ, ਇਸ ਕਰਕੇ ਇੱਕ ਕਲੀਅਰ ਮੈਂਡੇਟ ਆ ਸਾਰੇ ਸ਼ਹਿਰ ਦਾ ਵੀ ਉਹ ਬੀਜੇਪੀ ਨੂੰ, ਮੈਨੂੰ ਵੋਟ ਆ ਜਿਹੜੀ ਉਹਨਾਂ ਨੇ ਕੀਤੀ, ਡਿਵੈਲਪਮੈਂਟ ਨੂੰ ਵੋਟ ਕੀਤੀ। ਅਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ, ਜਿੱਤ ਹਾਰ ਦੀ, ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਆ, ਇਹ 'ਚ ਕੋਈ ਕਾਂਗਰਸ ਦੀ ਜਿੱਤ ਨਹੀਂ ਗੀ, ਇਹ 'ਚ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗੀ। ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੜਨੋਂ ਬੀਜੇਪੀ ਨੂੰ ਰੋਕਿਆ, ਪਿੰਡਾਂ 'ਚ ਸਾਨੂੰ ਕੰਪੇਨ ਕਰਨੋਂ ਰੋਕਿਆ, ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ, ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ। ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ, ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ, ਉਹ ਤਿੰਨ ਹਲਕਿਆਂ 'ਚ ਹੋਇਆ। ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ, ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ, ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼, ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਅਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ 3ਜੀ ਵਾਰ, ਅਤੇ ਤੁਹਾਡੇ ਹਰ ਹਰ ਜੋ ਏਜੰਡੇ 'ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ, ਉਹ ਜ਼ਿੰਮੇਵਾਰੀ ਆ ਸਰਕਾਰ ਦੀ। ਠੀਕ ਆ, ਓਪੋਜੀਸ਼ਨ 'ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮ ਪੀ ਬੇਸ਼ੱਕ ਬਣਾ, ਓਪੋਜੀਸ਼ਨ 'ਚ ਬਹਿ ਕੇ ਐਮ ਪੀ ਨੇ ਕਰਨਾ ਕੀ ਹੁੰਦਾ, ਗੱਲ ਤਾਂ ਸਰਕਾਰ ਦੀ ਹੁੰਦੀ ਆ ਅਤੇ ਉਹ ਸਰਕਾਰ ਬੀਜੇਪੀ ਦੀ ਆ। ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਅਤੇ ਉਹਨੂੰ ਨਿਭਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ। ਉਦੋਂ ਬਾਅਦ ਬਿਲਕੁਲ ਤਕੜੇ ਹੋ ਜਾਓ, ਕੁਛ 2 ਮਹੀਨਿਆਂ ਦੇ ਵਿੱਚ ਉਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ। ਜਿਸ ਤਰੀਕੇ ਨਾਲ ਆਪਾਂ ਇਕੱਲਾ ਇਕੱਲਾ ਬੂਥ ਵਾਰਡ 1500-1500 ਸ਼ਬਦ ਜਿੱਤੇ ਆ ਅਤੇ ਕਲੀਅਰ ਜਿਹੜਾ ਹੈ ਅਗਲੇ ਕੌਂਸਲਰ ਅਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣੇ 'ਚ ਬੀਜੇਪੀ ਦਾ ਬਣਨਾ, ਅਤੇ 27 ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਇਸੇ ਕਰਕੇ ਬੀਜੇਪੀ 'ਚ ਆਏ ਸੀ। ਅਤੇ ਉਹ ਸੀਟਾਂ ਹੈ ਜਿਹੜੀਆਂ ਤਕਰੀਬਨ ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ, ਅਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ। ਬੀਜੇਪੀ ਦੇ ਜੋ ਵਰਕਰ ਨੇ, ਜੋ ਵੋਟਰ ਨੇ, ਜੋ ਸ਼ਹਿਰ ਦੇ ਨੇ, ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਦਾ, ਉਹਨਾਂ ਦੇ ਮੂਹਰੇ ਸਿਰ ਝੁਕਦਾ ਹੈ, ਉਹਨਾਂ ਨੂੰ ਮੈਂ ਜੀ ਆਇਆਂ ਕਰਦਾ, ਵੈਲਕਮ ਕਰਦਾ। ਉਸ ਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਹੈ ਜੀ। ਕਿਤੇ ਵੀ ਪੰਜਾਬ ਨੇ ਬਹੁਤ ਕੁਛ ਦੇਖਿਆ, ਪੰਜਾਬ ਨੇ ਬੜੀਆਂ ਕਿਸਮ ਦੀਆਂ ਮੁਸੀਬਤਾਂ ਝੱਲੀਆਂ ਹੈਗੀਆਂ, ਬਟ ਪੰਜਾਬ ਦੇ ਵਿੱਚ ਸਮਾਜਿਕ ਭਾਈਚਾਰਾ ਸਾਡੇ ਹਮੇਸ਼ਾ ਅਸੀਂ ਬਹੁਤ ਤਕੜੇ ਰਹੇ, ਇੱਕ ਦੂਜੇ ਦੇ ਦੁੱਖ ਅਤੇ ਸੁੱਖ ਦੇ ਵਿੱਚ ਕੰਮ ਆਉਂਦੇ ਰਹੇ ਹੈਗੇ ਹੈ। ਆਹ ਸੋਚ ਜਿਹੜੀ ਪੂਰੇ ਪੰਜਾਬ 'ਚ ਬਣੀ ਹੈਗੀ ਹੈ, ਖਡੂਰ ਸਾਹਿਬ, ਫਰੀਦਕੋਟ, ਔਰ ਜਿਵੇਂ ਤੁਸੀਂ ਵੋਟ
ਵੋਟਰਸ ਨੂੰ ਦੇਖ ਰਹੇ ਹੋ ਵੀ ਪਿੰਡਾਂ ਦੇ ਵਿੱਚ ਵੋਟਾਂ ਇੱਕ ਪਾਸੇ ਰਹੀਆਂ, ਸ਼ਹਿਰ ਦੇ ਵਿੱਚ ਖਸ ਪਈਆਂ। ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਜਿਸ ਤਰੀਕੇ ਨਾਲ ਸਾਡਾ ਹੱਸਦਾ ਵੱਸਦਾ ਪੰਜਾਬ ਰਿਹਾ, ਸਾਡੇ ਵਿੱਚ ਆਪਸ ਵਿੱਚ ਭਾਈਚਾਰਾ ਜਿਵੇਂ ਬਣਿਆ ਰਿਹਾ, ਉਵੇਂ ਬਣਿਆ ਰਹਿਣਾ ਚਾਹੀਦਾ। ਸਰ, 13 ਜ਼ਿਲ੍ਹੇ ਆਮ ਆਦਮੀ ਪਾਰਟੀ ਨਾਰਾ ਦਿੰਦੀ ਰਹੀ ਲਗਾਤਾਰ, ਪਰ ਦੇਖਣ ਨੂੰ ਮਿਲਿਆ ਸਿਰਫ 3 ਸਿਟੀ ਲੈ ਚੁੱਕੇ। ਲੁਧਿਆਣਾ ਦੇ ਵਿੱਚ 9 ਹਲਕਿਆਂ 'ਚ 8 ਵਿਧਾਇਕ ਸੀ ਆਮ ਆਦਮੀ ਪਾਰਟੀ ਦੇ, ਉਸ ਦੇ ਬਾਵਜੂਦ ਕਰਾ ਰਹੀ ਹਾਂ। ਦੇਖੋ, ਆਮ ਆਦਮੀ ਪਾਰਟੀ ਦੀ ਆਪਾਂ ਕਿਹੜੀ ਗੱਲ 'ਤੇ ਆਪਾਂ 13-0 ਕੀ ਕਰਨੀ ਹੈ? ਆਪਾਂ ਇਲੈਕਸ਼ਨਾਂ ਤੋਂ ਪਹਿਲਾਂ ਦੀਆਂ ਗੱਲਾਂ ਸ਼ੁਰੂ ਕਰ ਲਈਏ। ਉਹਨਾਂ ਨੇ ਕੀ ਆਖਿਆ ਸੀਗਾ, ਇਲੈਕਸ਼ਨਾਂ ਕਿਸ ਬਿਨਾਂ 'ਤੇ ਜਿੱਤੀਆਂ ਸੀ, ਕਿਹੜੇ ਵਾਅਦੇ ਕੀਤੇ ਸੀ। ਸਮੇਂ ਸਮਾਂ ਜਦੋਂ ਸਰਕਾਰ ਬਣਨ ਤੋਂ ਬਾਅਦ ਬਹੁਤ ਗੱਲਾਂ ਹੋਈਆਂ, ਹੋਰ ਛੱਡੋ, ਆਹ ਇਲੈਕਸ਼ਨਾਂ ਤੋਂ ਪਹਿਲਾਂ ਐੱਨ ਓ ਸੀ ਅਨਾਊਂਸ ਕਰਤੀ ਸੀ ਵੀ ਅਸੀਂ ਐੱਨ ਓ ਸੀ ਵਾਲੀ ਜਿਹੜੀ ਪ੍ਰਕਿਰਿਆ ਹੈਗੀ ਹੈ ਖਤਮ ਕਰ ਦੇਣੀ ਹੈ। ਤੁਸੀਂ ਲੁਧਿਆਣੇ 'ਚ, ਔਰ ਮੈਂ ਤਾਂ ਸੋਚਦਾ ਸਮੁੱਚੇ ਪੰਜਾਬ 'ਚ ਚੈੱਕ ਕਰ ਲਓ ਵੀ ਕਿਤੇ ਉਹ ਖਤਮ ਹੋਈ ਹੈ। ਸੋ 13-0 ਨੋਟੀਫਿਕੇਸ਼ਨ ਵਾਲੀ ਗੱਲ, 13-0 ਵਾਲੀ ਗੱਲ ਵੈਸੇ ਹੀ ਕਹਿਣੀ ਅੱਛੀ ਨਹੀਂ ਲੱਗਦੀ ਕਿਸੇ ਲਈ ਵੀ, ਪਰ ਜਿਹੜਾ ਲੋਕਾਂ ਦਾ ਫਤਵਾ ਹੈਗਾ ਉਹ ਤਾਂ ਲੋਕ ਹੀ ਦੱਸਣਗੇ ਵੀ 13-0 ਹੈ ਕਿ 3-0 ਹੈ ਕਿ ਕੀ ਹੈਗਾ, ਔਰ ਲੋਕਾਂ ਦਾ ਜਿਹੜਾ ਫਤਵਾ ਹੈਗਾ ਪੰਜਾਬ ਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਸਰ, ਸ਼ਹਿਰਾਂ ਦੇ ਵਿੱਚ ਪਿੱਛੇ ਰਹਿਣ ਦੇ ਕਾਰਨ ਸਰਵੇਖਣ ਕੀਤਾ ਜਾਊਗਾ ਜਾਂ ਕਾਰਨ ਜਿਹੜੇ ਨੇ ਕੋਈ ਸਾਹਮਣੇ ਆਏ ਨੇ ਜਿੱਦਾਂ ਰਾਮ ਮੰਦਿਰ ਵਗੈਰਾ? ਦੇਖੋ, ਮੈਂ ਤਾਂ ਪਹਿਲਾਂ ਹੀ ਕਿਹਾ ਜੀ, ਸਾਡਾ ਆਪਸ ਦਾ ਜਿਹੜਾ ਪ੍ਰੇਮ ਭਾਈਚਾਰਾ ਬਣਿਆ ਹੋਇਆ ਸੀ, ਉਹੀ ਸੋਚ ਜਿਹੜੀ ਹੈਗੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ। ਇਸ 'ਚ ਘੋਖ ਕਰਨ ਦੀ ਜਾਂ ਇਹਦੇ ਵਿੱਚ ਕੋਈ ਕੋਈ ਸਮੁੱਚੇ ਤੌਰ 'ਤੇ ਬੈਠ ਕੇ ਕੋਈ ਐਂ ਕਰਨ ਦੀ ਲੋੜ ਹੈ ਨਹੀਂ। ਮੇਰੇ ਖਿਆਲ 'ਚ ਕਿ ਇਹ ਇਲੈਕਸ਼ਨ ਦੇ ਵਿੱਚ ਕਾਫੀ ਇਹ ਸੀਗੀ ਬਣੀ ਵੀ ਗੱਲ, ਉਹ ਹੁਣ ਖਤਮ ਹੋ ਗਈ ਆ। ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਅੱਜ ਤੋਂ ਬਾਅਦ ਉਸੇ ਤਰੀਕੇ ਨਾਲ ਹੀ ਵੋਟਾਂ ਪੈਣਗੀਆਂ ਜਿਸ ਤਰੀਕੇ ਨਾਲ ਪਹਿਲਾਂ ਪੈਂਦੀਆਂ। ਦੋਸਤੋ, ਚੋਣ ਅਖਾੜੇ ਦੇ ਵਿੱਚ ਕਿਸੇ ਦੀ ਜਿੱਤ ਅਤੇ ਕਿਸੇ ਦੀ ਹਾਰ ਯਕੀਨੀ ਹੁੰਦੀ ਹੈ। ਜੇ ਇੱਕ ਧਿਰ ਜਿੱਤਦੀ ਹੈ ਤਾਂ ਦੂਜੀ ਨੂੰ ਹਾਰ ਦਾ ਸਾਹਮਣਾ ਯਕੀਨਨ ਕਰਨਾ ਪੈਂਦਾ, ਪਰ ਇਸ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਓਟ ਆਸਰਾ ਲੈਣ ਦੇ ਲਈ ਤਸਵੀਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੀ ਨੇ। ਅੰਮ੍ਰਿਤਸਰ ਦੇ ਵਿੱਚ ਜਿੱਥੇ ਗੁਰਜੀਤ ਸਿੰਘ ਔਜਲਾ ਜਿੱਤ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ, ਉੱਥੇ ਕੁਲਦੀਪ ਧਾਲੀਵਾਲ ਜਿਹੜੇ ਨੇ ਉਹ ਹਾਰਨ ਤੋਂ ਬਾਅਦ ਵੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ। ਜਿੱਥੇ ਤੀਜੇ ਪਾਸੇ ਅਸੀਂ ਗੱਲ ਕਰੀਏ ਤਾਂ ਅਨਿਲ ਜੋਸ਼ੀ ਨੇ ਆਪਣੇ ਤਰੀਕੇ ਦੇ ਨਾਲ ਇਸ ਪੂਰੇ ਚੋਣ ਪ੍ਰਕਿਰਿਆ ਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਵੱਲੋਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ। ਅਸੀਂ ਜੇ ਔਜਲਾ ਸਾਹਿਬ ਦੀ ਗੱਲ ਕਰੀਏ, ਕਹਿੰਦੇ ਕਿ ਲੋਕਾਂ ਨੇ ਜਿੱਤ ਦਿੱਤੀ ਹੈ, ਵੱਡੀ ਜ਼ਿੰਮੇਵਾਰੀ ਹੈ, ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਜਿਹੜੀਆਂ ਦਿੱਕਤਾਂ ਸਾਡੇ ਤੱਕ ਪਹੁੰਚਾਈਆਂ ਨੇ, ਜਿਹੜੇ ਮਸਲੇ ਸਾਡੇ ਤੱਕ ਪਹੁੰਚਾਏ ਨੇ, ਅਸੀਂ ਉਹਨਾਂ ਸਾਰੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇਸ ਵਕਤ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਤੀਜੀ ਵਾਰ ਲੋਕਾਂ ਨੇ ਭਰੋਸਾ ਕੀਤਾ ਤਾਂ ਅਸੀਂ ਭਰੋਸੇ ਨੂੰ ਬਰਕਰਾਰ ਰੱਖਾਂਗੇ। ਇਹ ਵੱਡੀ ਗੱਲ ਹੈ ਕਿ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਤੀਜੀ ਵਾਰ ਕਾਂਗਰਸ ਦੀ ਟਿਕਟ ਤੋਂ MP ਬਣੇ ਨੇ, ਅਤੇ ਹੁਣ ਕਿਸ ਤਰੀਕੇ ਦੀ ਭੂਮਿਕਾ ਉਹਨਾਂ ਦੀ ਰਹਿੰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਵਾਲ ਉਹਨਾਂ 'ਤੇ ਵੀ ਖੜ੍ਹੇ ਹੋਣਗੇ ਕਿ ਤੀਸਰੀ ਵਾਰ ਜੇ ਲੋਕਾਂ ਨੇ ਭਰੋਸਾ ਕੀਤਾ ਤਾਂ ਅੰਮ੍ਰਿਤਸਰ ਦੇ ਲਈ ਕੀ ਕੁਝ ਕੀਤਾ ਹੈਗਾ, ਉਹ ਜਿਹੜਾ ਰਿਪੋਰਟ ਕਾਰਡ ਆ ਉਹਨਾਂ ਤੋਂ ਵੀ ਜ਼ਰੂਰ ਮੰਗਿਆ ਜਾਊਗਾ। ਪਰ ਦੂਜੇ ਪਾਸੇ ਕੁਲਦੀਪ ਧਾਲੀਵਾਲ ਇਸ ਪੂਰੇ ਚੋਣ ਪ੍ਰਕਿਰਿਆ ਦੇ ਦੌਰਾਨ ਉਹਨਾਂ ਨੇ ਰੱਜ ਕੇ ਜਿਹੜੀਆਂ ਵਿਰੋਧੀ ਧਿਰਾਂ ਸੀ ਉਹਨਾਂ ਦੇ ਤੰਜ ਕੱਸੇ, ਪਰ ਨਾਲ ਦੀ ਨਾਲ ਇਸ ਵਕਤ ਵੀ ਉਹਨਾਂ ਨੇ ਕਈ ਸਵਾਲ ਖੜ੍ਹੇ ਕੀਤੇ। ਇੱਕ ਪਾਸੇ ਤਾਂ ਧੰਨਵਾਦ ਵੀ ਕੀਤਾ ਲੋਕਾਂ ਦਾ ਕਿ ਉਹਨਾਂ ਨੇ ਇੰਨਾ ਵੱਡਾ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਨਾਲ ਦੀ ਨਾਲ ਦੂਜੇ ਪਾਸੇ ਧਾਲੀਵਾਲ ਸਾਹਿਬ ਨੇ ਸਿੱਧੇ ਤੌਰ 'ਤੇ ਔਜਲਾ ਨੂੰ ਵਧਾਈ ਵੀ ਦਿੱਤੀ, ਪਰ ਨਾਲ ਦੀ ਨਾਲ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚੋਣਾਂ ਹੋਰ ਵੀ ਆ ਜਾਣੀਆਂ, ਖੇਤਰੀ ਚੋਣਾਂ ਆ ਜਾਣੀਆਂ, ਤਾਂ ਅਸੀਂ ਸਵਾਲ ਪੁੱਛਾਂਗੇ ਔਜਲਾ ਸਾਹਿਬ ਨੂੰ ਕਿ ਜੇ ਲੋਕਾਂ ਨੇ ਭਰੋਸਾ ਕੀਤਾ ਤਾਂ ਉਹਨਾਂ ਦੇ ਲੰਮੇ ਸਮੇਂ ਤੋਂ ਪਏ ਹੋਏ ਕੰਮ ਜਿਹੜੇ ਨੇ, ਕਈ ਸਾਲਾਂ ਤੋਂ ਪਏ ਹੋਏ ਕੰਮ ਜਿਹੜੇ ਨੇ, ਉਹ ਪੂਰੇ ਕਿਉਂ ਨਹੀਂ ਹੋਏ। ਜੇ ਨਹੀਂ ਹੋਣਗੇ ਤਾਂ ਕਹਿੰਦੇ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ, ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਪੱਖ ਰੱਖਿਆ। ਦੂਸਰੇ ਪਾਸੇ ਜੇ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਤਾਂ ਅਨਿਲ ਜੋਸ਼ੀ ਦਾ ਅਸੀਂ ਜ਼ਿਕਰ ਕਰਨਾ ਇੱਥੇ ਜ਼ਰੂਰ ਸਮਝਾਂਗੇ, ਕਿਉਂਕਿ ਅਨਿਲ ਜੋਸ਼ੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਨਿਲ ਜੋਸ਼ੀ
ਇੱਕ ਵੀਡੀਓ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕਰਦੇ ਨੇ, ਉਹਦੇ ਵਿੱਚ ਦੱਸਦੇ ਨੇ ਕਹਿੰਦੇ ਕਿ ਕਿਸ ਤਰੀਕੇ ਨਾਲ ਭਾਜਪਾ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ, ਕਿਸ ਤਰੀਕੇ ਨਾਲ ਮੌਜੂਦਾ ਧਿਰ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ, ਕਿਸ ਤਰੀਕੇ ਨਾਲ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਕਹਿੰਦੇ ਇਸੇ ਕਰਕੇ ਸਾਡੀ ਹਾਰ ਹੋਈ ਹੈ, ਹਾਲਾਂਕਿ ਕਹਿੰਦੇ ਲੋਕਾਂ ਨੇ ਸਾਡੇ 'ਤੇ ਬਹੁਤ ਭਰੋਸਾ ਕੀਤਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ, ਕਹਿੰਦੇ ਕਿ ਭਾਜਪਾ ਨੇ ਤਾਂ ਰਾਮ ਜੀ ਦਾ ਰੱਜ ਕੇ ਇਸਤੇਮਾਲ ਕੀਤਾ, ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਸਾਰੀਆਂ ਥਾਵਾਂ 'ਤੇ ਲਾਈਆਂ ਸੀ ਅਤੇ ਉੱਥੇ ਜਿੰਨੇ ਵੀ ਪ੍ਰੋਗਰਾਮ ਜਾਂ ਰੈਲੀਆਂ ਹੋ ਰਹੀਆਂ ਸੀ ਉਹਦੇ ਵਿੱਚ ਇੱਕੋ ਹੀ ਨਾਰਾ ਲਵਾਇਆ ਜਾ ਰਿਹਾ ਸੀਗਾ ਕਿ ਜੋ ਰਾਮ ਕੋਲ ਆਏ ਹਮ ਉਨਕੋ ਲਾਏਂਗੇ। ਤਾਂ ਕਹਿੰਦੇ ਹਰੇ ਇਸ ਤਰੀਕੇ ਨਾਲ ਉਹਨਾਂ ਨੇ ਰੱਜ ਕੇ ਧਰਮ ਨੂੰ ਵਰਤਿਆ ਹੈਗਾ ਇਸ ਪੂਰੇ ਚੋਣ ਪ੍ਰਕਿਰਿਆ ਦੌਰਾਨ। ਅਤੇ ਜਦੋਂ ਪੰਜਾਬ ਦੀ ਸਰਕਾਰ ਦੀ ਗੱਲ ਕਰਦੇ, ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ, ਤਾਂ ਕਹਿੰਦੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਉਹਨਾਂ ਨੇ ਪੂਰਾ ਤੰਤਰ ਇਸਤੇਮਾਲ ਕੀਤਾ ਇਸ ਪੂਰੀ ਚੋਣ ਪ੍ਰਕਿਰਿਆ ਦੇ ਦੌਰਾਨ, ਅਤੇ ਉਹਨਾਂ ਦੇ ਨੈਸ਼ਨਲ ਲੀਡਰ ਵੀ ਇੱਥੇ ਆਉਂਦੇ ਰਹੇ। ਅਤੇ ਇਸੇ ਤਰੀਕੇ ਨਾਲ ਉਹਨਾਂ ਨੇ ਕਾਂਗਰਸ 'ਤੇ ਜਦੋਂ ਟਿੱਪਣੀਆਂ ਕਰਨੀਆਂ ਸੀ ਤਾਂ ਉਹਨਾਂ ਦਾ ਵੀ ਇਹ ਜ਼ਿਕਰ ਕੀਤਾ, ਕਹਿੰਦੇ ਕਿ ਉਹਨਾਂ ਦੀ ਸਾਰੀ ਲੀਡਰਸ਼ਿਪ ਜਿਹੜੀ ਸੀਗੀ ਉਹ ਅੰਮ੍ਰਿਤਸਰ ਆਣ ਕੇ ਢੁੱਕਦੀ ਰਹੀ ਹੈ, ਉਹਨਾਂ ਦੇ ਵੱਡੇ ਵੱਡੇ ਆਗੂ ਜਿਹੜੇ ਨੇ ਇੱਥੇ ਆਣ ਕੇ ਰੈਲੀਆਂ ਕਰਦੇ ਰਹੇ ਨੇ। ਅਤੇ ਤੀਜੇ ਪਾਸੇ ਕਹਿੰਦੇ ਅਸੀਂ ਖੇਤਰੀ ਪਾਰਟੀ ਸੀ, ਸਾਡੇ ਹੱਕ ਦੇ ਵਿੱਚ ਕੋਈ ਨਹੀਂ ਆਇਆ, ਪਰ ਫਿਰ ਵੀ ਲੋਕਾਂ ਨੇ ਜਿੰਨਾ ਸਾਨੂੰ ਮਾਣ ਸਤਿਕਾਰ ਸਾਡੀਆਂ ਰੈਲੀਆਂ ਦੇ ਵਿੱਚ ਜਿੰਨੀ ਸ਼ਿਰਕਤ ਕੀਤੀ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਅਤੇ ਕਈ ਸ਼ੰਕੇ ਉਹਨਾਂ ਨੇ ਇਸ ਤਰੀਕੇ ਨਾਲ ਖੜੇ ਕੀਤੇ ਕਿ ਸਾਨੂੰ ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਰੋਧੀਆਂ ਨੇ ਹਰੇਕ ਤਰੀਕੇ ਦਾ ਹਥਕੰਡਾ ਜਿਹੜਾ ਸੀਗਾ ਇਸ ਚੋਣ ਪ੍ਰਕਿਰਿਆ ਦੇ ਦੌਰਾਨ ਵਰਤਿਆ ਸੀਗਾ। ਫਿਲਹਾਲ ਇਹ ਤਿੰਨੇ ਆਗੂ ਕੀ ਕੁਝ ਕਹਿ ਰਹੇ ਨੇ ਸੁਣ ਲੈਂਦੇ ਹਾਂ। ਜਿਹੜੀ 18ਵੀਂ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਣ ਤੋਂ ਬਾਅਦ ਮੈਂ ਗੁਰੂ ਮਹਾਰਾਜ ਦੇ ਘਰ ਦਰਸ਼ਨ ਦੀ ਆਇਆ ਔਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਹਮੇਸ਼ਾ ਹੀ ਪਰਮਾਤਮਾ ਦੇ ਘਰ ਤੋਂ ਆਸ਼ੀਰਵਾਦ ਲਿਆ ਗੁਰੂ ਰਾਮਦਾਸ ਜੀ ਨੂੰ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਦਕਾ ਗੁਰੂ ਰਾਮਦਾਸ ਜੀ ਦੇ ਘਰੋਂ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ। ਕਿਉਂਕਿ ਸੈਕੂਲਰ ਸੋਚ ਨੂੰ ਲੋਕਾਂ ਨੇ ਮਹੱਤਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਸੀ ਉਹਨਾਂ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਔਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੋਚ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ। ਜਿਹੜੇ ਫਿਰਕਾ ਪ੍ਰਸਤ ਧਰਮ ਦੇ ਨਾਂ 'ਤੇ ਜਿਹੜੀ ਰਾਜਨੀਤੀ ਹੁੰਦੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਹੈ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੇ ਕਿਉਂਕਿ ਉਹਨਾਂ ਨੇ ਝੂਠ ਬਹੁਤ ਜ਼ਿਆਦਾ ਮਾਰੇ ਸੀ, ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ। ਤੋ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ, ਲੋਕ ਪਰੇਸ਼ਾਨ ਸੀ ਔਰ ਉਸੇ ਪਰੇਸ਼ਾਨੀ ਦੇ ਕਾਰਨ ਹੀ ਲੋਕਾਂ ਨੇ ਉਹਨਾਂ ਦੇ ਵਿਰੋਧ 'ਚ ਵੋਟ ਦਿੱਤੀ। ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਜ਼ੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਏ ਜਾਣ। ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ 25% ਮਤਲਬ ਜਿਹੜੀ ਵੋਟ ਲਈ ਸੀ, ਹੁਣ ਅਸੀਂ 26.30% ਵੋਟ ਜਿਹੜੀ ਉਹ ਲਈ ਹੈ। ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗ੍ਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ। ਸੋ ਉਹਦੇ ਕਰਕੇ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਦਾ, ਸੱਚੇ ਪਾਤਸ਼ਾਹ ਕੋਲ ਆਸ਼ੀਰਵਾਦ ਲੈਣਾ ਹੈ ਔਰ ਇਹ ਇੱਕ ਮਤਲਬ ਵਾਅਦਾ ਜਿਹੜਾ ਅੰਮ੍ਰਿਤਸਰ ਦੇ ਲੋਕਾਂ ਦਾ ਕੀਤਾ ਕਿ ਅੰਮ੍ਰਿਤਸਰ ਦੇ ਜਿਹੜੇ ਮੁੱਦੇ ਆ ਸ਼ਹਿਰ ਦੇ ਬੜੇ ਵੱਡੇ ਮੁੱਦੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ 'ਚੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ, ਨਾ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਕਿ ਵੋਟਾਂ ਲਈਆਂ ਅਤੇ ਜਹਾਜ਼ 'ਤੇ ਚੜ੍ਹ ਕੇ ਗਾਹਾਂ ਜਾਓ। ਆਪਾਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਨਾਲ ਪਿੰਡ ਹੈ, ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ। ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਸੀਵਰੇਜ ਦਾ ਮਸਲਾ ਬੜਾ ਇੱਕ ਗੰਭੀਰ ਮਸਲਾ ਔਰ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ
ਉਹ ਇੱਕ ਮਸਲਾ, ਉਹ ਸਾਰੇ ਮਸਲੇ ਜਿਹੜੇ ਉਹ ਹੱਲ ਕਰਾਂਗੇ। ਕਿਉਂ ਦਿੱਤਾ ਸੀ, ਕਿਉਂ ਦਿੱਤਾ ਸੀ 13-0 ਦਾ ਨਾਰਾ? ਇਸ ਕਰਕੇ ਦਿੱਤਾ ਸੀਗਾ ਕਿ ਮੋਦੀ ਨੂੰ, ਮਤਲਬ ਅਸੀਂ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ ਮੋਦੀ ਦੇ ਅਗੇਂਸਟ ਜਿਹੜਾ, ਉਹਦੇ 'ਚ ਅਸੀਂ ਕਾਮਯਾਬ ਹੋਏ। ਕੋਈ ਨਹੀਂ, ਕਾਂਗਰਸ ਵੀ ਜੇ ਜਿੱਤੀ ਆ ਤਾਂ ਉਹ ਸਾਡੀ ਨੈਸ਼ਨਲ ਲੈਵਲ 'ਤੇ ਨਾਲ ਪਾਰਟਨਰ ਹੁੰਦਾ, ਕੋਈ ਇੱਦਾਂ ਦੀ ਕੋਈ ਗੱਲ ਨਹੀਂ। ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉਹ 'ਚ ਬੜਾ ਵੱਡਾ ਹਿੱਸਾ ਹੋਊਗਾ ਹੋਊਗਾ। ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਗੋਇਲਾ ਸਨ, ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ, ਨਾਲ ਨੀਲ ਜੋਸ਼ੀ ਸੀਗੇ, ਤੁਸੀਂ ਕਿੱਦਾਂ ਵੇਖਦੇ ਹੋ? ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਅਸੀਂ ਸ਼ਰਾਬ ਵੰਡੀ, ਨਾ ਅਸੀਂ ਪੈਸੇ ਵੰਡੇ, ਨਾ ਅਸੀਂ ਸੂਟ ਵੰਡੇ, ਨਾ ਅਸੀਂ ਕੱਪੜੇ ਵੰਡੇ? ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ, ਔਰ 2,14,000 ਤੋਂ ਉੱਪਰ ਵੋਟ ਪਈ 5 ਸਾਲ 'ਚ। ਜਦੋਂ ਪਿਛਲੀ ਵਾਰ ਮਤਲਬ ਆਪਾਂ ਨੂੰ ਸਾਰੀ 21,000 ਵੋਟ ਪਈ, 2,14,000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ। ਮੈਂ ਸਮਝਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਦੋਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ ਹੋਈ ਹੈ। ਉਦੋਂ ਜਿਹਨਾਂ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ, ਜਿਹਨਾਂ ਨੇ ਨਹੀਂ ਦਿੱਤੀਆਂ ਉਹ ਵੀ। ਅੰਮ੍ਰਿਤਸਰ ਵੱਲ ਕਦੀ ਪਿੱਠ ਨਹੀਂ ਕਰਾਂਗੇ, ਅੰਮ੍ਰਿਤਸਰ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਹਾਂ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ। ਨਾ ਕੋਈ ਵਧੀਆ ਗੱਲ ਹੈ, ਉਹ ਕਰਨਗੇ ਤਾਂ ਚੰਗਾ, ਸਗੋਂ ਸਾਰਿਆਂ ਦਾ ਸਾਂਝਾ ਸ਼ਹਿਰ, ਕੋਈ ਵੱਖੋ ਵੱਖਰਾ ਥੋੜ੍ਹਾ, ਸਭ ਦਾ ਸ਼ਹਿਰ ਹੈ, ਕਰਨਾ ਚਾਹੀਦਾ। ਔਜਲਾ ਸਾਹਿਬ ਨੂੰ ਵਧਾਈ ਵੀ ਦਿੰਦੇ ਹਾਂ, ਔਰ ਨਾਲ ਉਹਨਾਂ ਨੇ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ, ਜਿਹੜੇ ਪਿਛਲੇ 10-15 ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਨੇ, ਉਹ ਹੱਲ ਕਰਨੇ ਚਾਹੀਦੇ। ਲੋਕਾਂ ਨੇ ਵੋਟਾਂ ਦਿੱਤੀਆਂ, ਪਰ ਅਸੀਂ ਤਾਂ ਜਿੱਤੇ ਵੀ ਨਹੀਂ, ਪਰ ਲੋਕਾਂ ਨੇ ਵੋਟਾਂ ਦਿੱਤੀਆਂ। ਮੈਂ ਤਾਂ ਲੜਾਈ ਲੜੂੰਗਾ ਇਸ ਚੀਜ਼। ਪ੍ਰਭੂ ਰਾਮ ਦਾ ਜਿਹੜਾ ਉਹ ਚਿੱਤਰ ਆ, ਜਿਹੜਾ ਪ੍ਰਾਣ ਪ੍ਰਤਿਸ਼ਠਾ ਵਾਲਾ, ਉਹ ਰੱਖ ਕੇ ਪਿੱਛੇ ਬੈਕਡ੍ਰੋਪ ਜਿਹੜਾ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ, ਇਹ ਵੀ ਧਰਮ ਵੀ ਯੂਜ਼ ਕੀਤਾ, ਪੈਸਾ ਵੀ ਯੂਜ਼ ਕੀਤਾ, ਪਾਵਰ ਵੀ ਯੂਜ਼ ਕੀਤੀ, ਸੈਂਟਰ ਦੀ ਲੀਡਰਸ਼ਿਪ ਇੰਨੀ ਜਿਹੜੀ ਲੱਗੀ ਰਹੀ ਉਹ ਵੀ ਯੂਜ਼ ਕੀਤੀ। ਉਹਦੇ ਨਾਲ ਸਾਡਾ ਮੁਕਾਬਲਾ ਸੀ ਕਾਂਗਰਸ ਨੈਸ਼ਨਲ ਪਾਰਟੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਖੜਗੇ ਜੀ, ਉਹਨਾਂ ਦੇ ਨੈਸ਼ਨਲ ਲੀਡਰਸ਼ਿਪ ਕਿੰਨੀ ਆਈ, ਕਿੰਨੀ ਸਪੋਰਟ ਸੀ ਪਿੱਛੋਂ, ਉਹਨਾਂ ਨਾਲ ਮੁਕਾਬਲਾ ਕੀਤਾ। ਸਟੇਟ ਸਰਕਾਰ ਜਿਹਦੇ 'ਚ ਭਗਵੰਤ ਮਾਨ ਜੀ ਕਿੰਨੀ ਵਾਰੀ ਇੱਥੇ ਆਏ, ਹੋਰ ਇਹਨਾਂ ਦੀ ਸਟੇਟ ਲੀਡਰਸ਼ਿਪ, ਬਿਊਰੋਕਰੇਸੀ ਸਾਰੀ, ਮਿਸਯੂਜ਼ ਆਫ ਬਿਊਰੋਕਰੇਸੀ ਹਰ ਤਰੀਕੇ ਨਾਲ ਇਹਨਾਂ ਨੇ ਉਹਦਾ ਯੂਜ਼ ਕੀਤਾ ਸਰਕਾਰ ਆਪਣੀ ਦਾ, ਉਹਦੇ ਨਾਲ ਮੁਕਾਬਲਾ ਸੀ। ਉਹਦੇ ਬਾਵਜੂਦ ਤੁਸੀਂ ਮੇਰੇ ਨਾਲ ਡਟੇ ਰਹੇ ਇਸ ਯੁੱਧ ਦੇ ਵਿੱਚ। ਜੇ ਕੰਪੇਨ ਗਿਣੀਏ ਤਾਂ ਜਿੰਨੀ ਸ਼ਾਨਦਾਰ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨੇ ਪ੍ਰੋਗਰਾਮ ਕਰਾਏ, ਸਾਰੇ 9 ਕੌਂਸਟੀਟੈਂਸੀਆਂ ਜਿਹੜੀਆਂ ਵਿਧਾਨ ਸਭਾ ਉਹਨਾਂ ਦੇ ਹਲਕਾ ਇੰਚਾਰਜ, ਉਹਨਾਂ ਦਾ ਧੰਨਵਾਦ, ਉਹਨਾਂ ਦਾ ਕੈਡਰ, ਉਹਨਾਂ ਦੀ ਲੀਡਰਸ਼ਿਪ ਹਲਕਿਆਂ ਦੀ ਜਿਹੜੀ ਆ ਉਹਨਾਂ ਦਾ ਧੰਨਵਾਦ। ਇੰਨੀ ਅੱਤ ਗਰਮੀ 46, 47, 48 ਡਿਗਰੀ ਦੇ ਵਿੱਚ ਜਿਨ੍ਹਾਂ ਨੇ ਡੋਰ ਟੂ ਡੋਰ ਕੀਤੇ, ਜਿਨ੍ਹਾਂ ਨੇ ਏਡੇ ਏਡੇ ਵੱਡੇ ਪ੍ਰੋਗਰਾਮ ਕੀਤੇ, ਕਿਉਂਕਿ ਪ੍ਰੋਗਰਾਮਾਂ ਦੇ ਵਿੱਚ ਡੋਰ ਟੂ ਡੋਰ ਕੰਪੇਨ ਦੇ ਵਿੱਚ ਜੇ ਮੈਂ ਕਹਿ ਸਕਦਾ ਕਿ ਜੇ 3 ਪਾਰਟੀਆਂ ਦੀ ਕੰਪੇਨ ਰਲਾ ਲਈਏ ਤਦ ਵੀ ਉਹ ਮੁਕਾਬਲਾ ਨਹੀਂ ਕਰ ਪਾਏ ਸਾਡਾ ਕੰਪੇਨ ਦੇ ਵਿੱਚ। ਪਰ ਜਿਹੜੀਆਂ ਮੈਂ ਦੱਸੀਆਂ ਜੋ ਸਰਕਮਸਟਾਂਸਿਸ ਸੀਗੇ ਕਿ 3 ਪਾਸੇ ਸੈਂਟਰ ਦੀ ਲੀਡਰਸ਼ਿਪ, 3 ਨੈਸ਼ਨਲ ਪਾਰਟੀਆਂ ਉਹਨਾਂ ਦੀ ਲੀਡਰਸ਼ਿਪ, ਪਾਵਰ ਬਾਵਜੂਦ ਅਸੀਂ ਮੁਕਾਬਲਾ ਕੀਤਾ। ਦੋਸਤੋ, ਜੂਨ ਦਾ ਮਹੀਨਾ ਬੜਾ ਮੰਦਭਾਗਾ ਮਹੀਨਾ ਮੰਨਿਆ ਜਾਂਦਾ, ਖਾਸ ਕਰਕੇ ਸਿੱਖ ਹਿਸਟਰੀ ਦੇ ਵਿੱਚ, ਕਿਉਂਕਿ ਜੂਨ 1984 ਦੇ ਵਿੱਚ ਜੋ ਵਾਕਿਆ ਹੋਇਆ, ਜਿਹੜਾ ਘੱਲੂਘਾਰਾ ਵਾਪਰਿਆ, ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜ਼ਖਮ ਹੱਲੇ ਵੀ ਅੱਲੇ ਹੈਗੇ ਨੇ।
ਅੱਜ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅੱਜ ਦੂਸਰਾ ਦਿਨ ਹੈ, ਦੂਸਰਾ ਦਿਨ ਕਿਉਂਕਿ ਕੱਲ੍ਹ ਜਿਹੜਾ ਸੀਗਾ ਅਖੰਡ ਪਾਠ ਸਾਹਿਬ ਦਾ ਭੋਗ ਰੱਖਿਆ ਗਿਆ ਸੀਗਾ ਅਤੇ ਅੱਜ ਦੂਜਾ ਦਿਨ ਹੈ ਅਤੇ ਕੱਲ੍ਹ 6 ਜੂਨ ਵਾਲੇ ਦਿਨ ਭੋਗ ਪਾਏ ਜਾਣਗੇ। ਤਾਂ ਇਸ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਲਗਾਤਾਰ ਨਤਮਸਤਕ ਹੋਣ ਦੇ ਲਈ, ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਰਹੀਆਂ ਨੇ ਅਤੇ ਇਸ ਮੌਕੇ 'ਤੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ SGPC ਦੇ ਵੱਲੋਂ ਵੀ ਕੀਤੇ ਗਏ ਨੇ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਕਿਸ ਤਰੀਕੇ ਨਾਲ ਉਸ ਵੇਲੇ ਦੀ ਹਕੂਮਤ ਦਾ ਹੱਥ ਸੀਗਾ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਨਾਲ ਨਾਲ 38 ਹੋਰ ਗੁਰੂ ਘਰਾਂ ਦੇ ਉੱਪਰ ਹਮਲੇ ਕੀਤੇ ਗਏ ਅਤੇ ਉਹਦੇ ਪਿੱਛੇ ਮਨਸ਼ਾ ਕੀ ਸੀ, ਕਿਸ ਤਰੀਕੇ ਨਾਲ ਕੁਝ ਮੁੱਠੀ ਭਰ ਸਿੰਘਾਂ ਦੇ ਵੱਲੋਂ ਤਮਾਮ ਜਿਹੜੀ ਫੌਜ ਸੀਗੀ ਉਸ ਦਾ ਸਾਹਮਣਾ ਕੀਤਾ ਗਿਆ ਅਤੇ ਫੌਜ ਦੇ ਲੀਡਰਾਂ ਨੇ ਕਿਸ ਤਰੀਕੇ ਨਾਲ ਉਹਨਾਂ ਦੀ ਸ਼ਲਾਘਾ ਕੀਤੀ ਕਿ ਕਿਸ ਤਰੀਕੇ ਨਾਲ ਉਹ ਪ੍ਰਬੰਧ ਕਰਕੇ ਬੈਠੇ ਹੋਏ ਸੀਗੇ। ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਪੂਰੇ ਘਟਨਾਕ੍ਰਮ ਨਾਲ ਜੁੜੀਆਂ ਹੋਈਆਂ ਨੇ ਕਿ ਕੁਝ ਕੁ ਬੰਦਿਆਂ ਦੇ ਵੱਲੋਂ ਇੰਨਾ ਵੱਡਾ ਮੋਰਚਾ ਲਗਾ ਦੇਣਾ ਤਾਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਹਿਸਟੋਰੀਕਲ ਤੌਰ 'ਤੇ ਬੜੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਝੀਆਂ ਜਾਂਦੀਆਂ ਰਹੀਆਂ ਨੇ। ਤਾਂ ਅੱਜ ਵੱਡੇ ਪੱਧਰ 'ਤੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ, ਧਾਰਮਿਕ ਸਮਾਗਮ ਚੱਲ ਰਹੇ ਨੇ, ਧਾਰਮਿਕ ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਨੇ ਉਹ ਲਗਾਤਾਰ ਇਸ ਥਾਂ 'ਤੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਉਚੇਚੇ ਤੌਰ 'ਤੇ, ਵੱਖ ਵੱਖ ਆਗੂ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ। ਪਰ ਨਾਲ ਦੀ ਨਾਲ ਜਦੋਂ ਇਸ ਪੂਰੇ ਪ੍ਰੋਗਰਾਮ ਦੇ ਦੌਰਾਨ ਜਿਹੜੇ SGPC ਦੇ ਮੈਂਬਰ ਆ ਉਹਨਾਂ ਤੋਂ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਤੌਰ 'ਤੇ ਜ਼ਿਕਰ ਕੀਤਾ, ਕਹਿੰਦੇ ਕਿ ਇਸ ਪੂਰੇ ਪ੍ਰੋਸੈਸ ਤੋਂ ਇਹ ਨਜ਼ਰ ਆਉਂਦਾ ਹੈਗਾ ਕਿ ਕਿਸ ਤਰੀਕੇ ਨਾਲ ਸੰਗਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਜਿਹੜੀ ਪਹਿਲਾਂ ਲੀਡਰਸ਼ਿਪ ਕਿਤੇ ਗਵਾਚ ਗਈ ਸੀ ਉਹਨੂੰ ਮੁੜ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਕਹਿੰਦੇ ਚੰਗੀ ਗੱਲ ਆ। ਉਹਨਾਂ ਨੇ ਆਪਣੇ ਤੌਰ 'ਤੇ ਵੀ ਕਿਹਾ ਕਿ ਸਿੱਖਾਂ ਦੇ ਮਸਲੇ ਜਿਹੜੇ ਨੇ ਹੱਲ ਨਹੀਂ ਹੋ ਰਹੇ ਤਾਂ ਉਹਨਾਂ ਦੇ ਕਰਕੇ ਇਹ ਇੱਕ ਚੰਗਾ ਮੋੜ ਹੈਗਾ ਅਤੇ ਆਉਣ ਵਾਲੇ ਸਮੇਂ ਦੇ ਚੰਗੇ ਸੰਕੇਤ ਮਿਲ ਸਕਦੇ ਨੇ। ਪਰ ਦੂਜੇ ਪਾਸੇ ਜਦੋਂ ਅਸੀਂ ਇਹੀ ਜ਼ਿਕਰ ਕਰਦੇ ਹਾਂ ਕਿ ਜਦੋਂ ਅੰਮ੍ਰਿਤਪਾਲ ਦਾ ਜ਼ਿਕਰ ਜਾਂ ਸਰਬਜੀਤ ਸਿੰਘ ਖਾਲਸਾ ਦਾ ਜ਼ਿਕਰ ਹੁੰਦਾ ਹੈਗਾ ਤਾਂ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ 'ਤੇ ਜਿਹੜੀਆਂ ਚੀਜ਼ਾਂ ਉਹ ਅਲੱਗ ਅਲੱਗ ਤਰੀਕੇ ਨਾਲ ਚੱਲਦੀਆਂ ਨੇ। ਨੈਸ਼ਨਲ ਪੱਧਰ 'ਤੇ ਜਿਹੜੀ ਪੋਲੀਟਿਕਸ ਹੈਗੀ ਆ ਉਹ ਇਸ ਨੂੰ ਮੰਦਭਾਗੇ ਤੌਰ 'ਤੇ ਦੇਖ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਵਰਗਾ ਵਿਅਕਤੀ ਜਿਸ 'ਤੇ NSA ਲੱਗੀ ਹੋਈ ਹੈ ਉਸਨੂੰ ਕਿਉਂ ਲੋਕਾਂ ਨੇ ਜਿੱਤ ਦਾ ਫਤਵਾ ਸੁਣਾ ਦਿੱਤਾ। ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਵੇਲੇ ਇਹ ਚਰਚਾ ਛਿੜੀ ਹੋਈ ਹੈ ਕਿ ਕਿਸ ਤਰੀਕੇ ਨਾਲ ਸਭ ਤੋਂ ਵੱਡਾ ਮਾਰਜਨ ਜਿਹੜਾ ਹੈਗਾ ਉਹ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਹੈਗਾ ਅਤੇ ਇਹਦੇ ਵਿੱਚ ਲੋਕਾਂ ਦੀ ਜਿਹੜੀ ਹੈ ਲੋਕ ਤਾਕਤ ਜਿਹੜੀ ਹੈਗੀ ਹੈ ਉਹ ਨਜ਼ਰ ਆਈ ਹੈ ਅਤੇ ਲੋਕ ਦਿਲੋਂ ਚਾਹੁੰਦੇ ਨੇ ਕਿ ਉਹਨਾਂ ਦੇ ਆਗੂ ਉਹ ਕੰਮ ਕਰਨ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਲੋੜੀਂਦੇ ਹੈਗੇ। ਸਭ ਤੋਂ ਵੱਡੀ ਗੱਲ ਇਹ ਕਿ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਖਾਲਸਾ ਵਹੀਰਾਂ ਘੱਤੀਆਂ ਗਈਆਂ ਸੀ ਅਤੇ ਉਹਦੇ ਵਿੱਚ ਕਿਸ ਤਰੀਕੇ ਨਾਲ ਨਸ਼ੇ ਦੇ ਖਿਲਾਫ਼ ਲਾਮਬੰਦੀ ਕੀਤੀ ਗਈ ਸੀ, ਨੌਜਵਾਨ ਨਸ਼ੇ ਛੱਡਣ ਲੱਗ ਪਏ ਸੀ, ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਅਸਰ ਹੈਗਾ ਕਿ ਇੱਦਾਂ ਦੇ ਵਿਅਕਤੀ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ਼ ਕੰਮ ਕਰ ਸਕਦੇ ਨੇ ਤਾਂ ਉਹਨਾਂ ਨੂੰ ਲੋਕਾਂ ਨੂੰ ਚੁਣਨਾ ਚਾਹੀਦਾ ਹੈਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ, ਹਾਲਾਂਕਿ ਉਹਨਾਂ ਦੇ ਉੱਪਰ ਸਿੱਧੇ ਤੌਰ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਇਲਜ਼ਾਮ ਲੱਗੇ ਕਿ ਦੇਸ਼ ਦੀ ਪ੍ਰਭੂਸੱਤਾ ਨੂੰ ਖਰਾਬ ਕਰਨਾ ਚਾਹੁੰਦੇ ਨੇ। NSA ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਉਹਨਾਂ ਦੇ ਕੁਝ ਸਾਥੀ ਹੱਲੇ ਵੀ ਬੰਦ ਹੈਗੇ ਨੇ। ਤਾਂ ਹੁਣ ਇਹ ਚਰਚਾ ਚੱਲ ਪਈ ਹੈ ਕਿ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਇਹ ਕਾਰਵਾਈ ਹੋਈ ਉਸ ਤੋਂ ਬਾਅਦ ਕੀ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਊਗਾ, ਕਿਉਂਕਿ ਹੁਣ ਇਲੈਕਟਡ MP ਨੇ। ਤਾਂ ਉਹਨਾਂ ਦੇ ਖਿਲਾਫ਼ ਤਾਂ ਇਹੀ ਚਰਚਾ ਸੀਗੀ ਕਿ ਜਿਸ ਤਰੀਕੇ ਨਾਲ ਸੰਵਿਧਾਨ ਦੇ ਖਿਲਾਫ਼ ਉਹਨਾਂ ਦੇ ਇਲਜ਼ਾਮ ਲੱਗੇ ਸੀ। ਪਰ ਹੁਣ ਜਦੋਂ ਇੱਕ MP ਦੇ ਵਜੋਂ ਵਿਅਕਤੀ ਚੁਣਿਆ ਜਾਂਦਾ ਹੈਗਾ ਤਾਂ ਉਹਨੇ ਸਹੁੰ ਵੀ ਸੰਵਿਧਾਨ ਦੀ ਚੁੱਕਣੀ ਹੈਗੀ, ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ। ਤਾਂ ਕੀ NSA ਬਰਕਰਾਰ ਰੱਖਿਆ ਜਾਊਗਾ ਜਾਂ ਨਹੀਂ ਰੱਖਿਆ ਜਾਊਗਾ, ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ। ਤਾਂ ਇਸ ਤੋਂ ਇਲਾਵਾ ਕੀ ਕੁਝ ਉੱਥੇ ਪ੍ਰਬੰਧ ਕੀਤੇ ਗਏ ਦਰਬਾਰ ਸਾਹਿਬ ਦੇ ਵਿੱਚ, ਕਿਸ ਤਰੀਕੇ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਨੇ ਅਤੇ ਸੰਗਤ ਨੂੰ ਕੀ ਸੁਨੇਹਾ ਦਿੱਤਾ ਜਾ ਰਿਹਾ, ਨਜ਼ਰ ਮਾਰਦੇ ਹਾਂ। ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਫੌਜ ਦੇ ਜਿਹੜੇ ਵੀ ਕਮਾਂਡੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤਰਦੇ ਸਨ, ਸੰਤ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਫੌਜ ਉਹਨਾਂ ਨੂੰ ਉਸੇ ਵੇਲੇ ਹੀ ਟੈਟੇਰੀ ਕਰ ਦਿੰਦੀ ਸੀ। ਇਸ ਹੋਏ ਭਾਰੀ ਨੁਕਸਾਨ ਦਾ ਬਦਲਾ ਲੈਣ ਲਈ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਟੈਟੇਰੀ ਕਰ ਦਿੱਤਾ ਗਿਆ। ਇਹ ਸੀਨ ਜਦੋਂ ਵੀ ਸਿੱਖ ਕੌਮ ਦੇ ਸਾਹਮਣੇ ਆਉਂਦਾ ਆ
ਸਿੱਖ ਕੌਮ ਉਦੋਂ ਹੀ ਜਜ਼ਬਾਤੀ ਹੁੰਦੀ ਹੈ, ਉਦੋਂ ਹੀ ਸਿੱਖਾਂ ਦੇ ਮਨਾਂ ਵਿੱਚ ਰੋਸ ਵੀ ਹੁੰਦਾ ਹੈ। ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਹ ਢਹਿ ਢੇਰੀ ਬਿਲਡਿੰਗ ਨੂੰ ਵੇਖਦੇ ਹਾਂ, ਉਸ ਇਮਾਰਤ ਨੂੰ ਵੇਖਦੇ ਹਾਂ ਤਾਂ ਆਪਣੇ ਆਪ ਹੀ ਮਨਾਂ 'ਚ ਰੋਸ, ਅੱਖਾਂ 'ਚੋਂ ਅਸਰੂ ਆ ਜਾਂਦੇ ਆ। ਉਹ ਸੀਨ ਜਿਹੜਾ ਹਮੇਸ਼ਾ ਹੀ ਸਿੱਖ ਕੌਮ ਨੂੰ ਦੇ ਫਿਰਦੇ 'ਤੇ ਉਕਰਿਆ ਹੋਇਆ ਆ। ਜਦੋਂ ਵੀ 6 ਜੂਨ ਆਉਂਦੀ ਆ ਤਾਂ ਉਹ ਜਿਹੜਾ ਘੱਲੂਘਾਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਾਰੀ ਕੌਮ ਨੂੰ ਸਿੰਘ ਸਾਹਿਬ ਨੇ ਆਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੁਣਨ, ਬੀਬੀਆਂ ਜਿਹੜੀਆਂ ਉਹ ਕਾਲੇ ਦੁਪੱਟੇ ਲੈਣ। ਹਰ ਇੱਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਸਦਾ ਹੁਕਮ ਮੰਨਣਾ ਚਾਹੀਦਾ। ਹਰ ਗੁਰਦੁਆਰੇ ਵਿੱਚ ਇਸ ਜੂਨ 84 ਦੇ ਘੱਲੂਘਾਰੇ ਬਾਰੇ ਸਮਾਗਮ ਕਰਕੇ ਸੰਗਤਾਂ ਨੂੰ ਜਾਣੂ ਕਰਵਾਉਣਾ ਚਾਹੀਦਾ। ਇਸੇ ਦਰਮ ਵਿੱਚ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾ ਰਿਹਾ। ਇੱਕ ਨਵੀਂ ਸੋਚ, ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ, ਔਰ ਵਿਚਾਰਧਾਰਾ ਤਾਂ ਉਹੀ ਹੈ ਸ਼ਹੀਦਾਂ ਸਿੰਘਾਂ ਵਾਲੀ, ਜਿਹੜੀ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਵਾਲੀ ਸੀ, ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣ ਢਾਇਆ ਗਿਆ ਸੀ ਸਮੇਂ ਦੀ ਹਕੂਮਤ ਅਤੇ ਹੋਰ ਸਿਆਸੀ ਲੋਕਾਂ ਨੇ। ਅੱਜ ਉਹਨਾਂ ਲੋਕਾਂ ਦੀ ਜਿੱਤ ਹੋਣ ਦੇ ਨਾਲ ਮੈਂ ਸਮਝਦਾ ਹਾਂ ਕਿ ਇਹ ਸੱਚ ਦੀ ਜਿੱਤ ਹੈ, ਝੂਠ ਦੇ ਖਿਲਾਫ਼ ਸੱਚ ਦੀ ਜਿੱਤ ਹੋ ਰਹੀ ਹੈ। ਸੋ ਮੈਂ ਅਜੇ ਤਾਂ ਰਿਜ਼ਲਟ ਪੂਰੇ ਆਏ ਨਹੀਂ, ਔਰ ਰਿਜ਼ਲਟ ਆ ਰਿਹਾ, ਔਰ ਮੈਂ ਤਾਂ ਇੱਥੇ ਅਖੰਡ ਪਾਠ ਸਭਾ ਨਹੀਂ ਸ਼ੁਰੂ ਕਰਾਉਣ ਆਇਆ ਸੀ। ਸੋ ਮੈਂ ਸਮਝਦਾ ਹਾਂ ਕਿ ਜਿਹਨਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਹੈ, ਔਰ ਜਿਹਨਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਿਆਂ ਨੂੰ ਵੋਟ ਪਾ ਕੇ, ਭਾਈ ਅਮਰਤਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ, ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ। ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਉਹ ਜਾਗ ਪਏ ਆ ਸਿੱਖ ਜਿਹੜੇ ਆ ਖਾਸ ਕਰਕੇ, ਕਿਉਂਕਿ ਜਾਗਣਾ ਜ਼ਰੂਰੀ ਸੀ, ਜੇ ਜਾਗੀਏ ਤਾਂ ਫਿਰ ਹੀ ਸਵੇਰਾ ਹੁੰਦਾ ਹੈ। ਸੋ ਇਸ ਕਰਕੇ ਜਿਹੜੀ ਇਹ ਕੌਮ ਹੈ ਇਹ ਕਈ ਵਾਰ ਹਨੇਰਾ ਸਵੇਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ। ਸੋ ਅੱਜ ਬੜਾ ਵੱਡਾ ਉਤਸ਼ਾਹ, ਬੜਾ ਵੱਡਾ ਜੋਸ਼, ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਅਤੇ ਖਾਸ ਕਰਕੇ ਨੌਜਵਾਨ, ਮੈਂ ਉਹਨਾਂ ਨੇ ਜਿਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਹੈ ਉਹ ਜਿੱਤ ਵਾਲੇ ਰਾਹ ਨੂੰ ਵਧਾ ਰਹੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਅਤੇ ਜਿਹਨਾਂ ਨੇ ਪ੍ਰਚਾਰ ਕੀਤਾ ਸੀ, ਔਰ ਭਾਈ ਕਵਰ ਚੜ ਸਿੰਘ ਪ੍ਰਧਾਨ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਅਤੇ ਉਹਨਾਂ ਦੇ ਮਾਂ ਬਾਪ ਜਿਹੜੇ ਬਜ਼ੁਰਗ ਸਨ, ਹੋਰ ਵੀ ਜਥੇਬੰਦੀਆਂ ਜਿਹਨਾਂ ਨੇ ਵੀ ਉਹਨਾਂ ਵਾਸਤੇ ਰਾਤ ਦਿਨ ਕੀਤਾ, ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹੈ। ਦੋਸਤੋ, ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਖਤਮ ਹੋ ਕੇ ਹਟੀਆਂ ਤਾਂ ਦੂਜੇ ਪਾਸੇ ਇੱਕ ਵੱਡੀ ਖਬਰ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਵਿੱਚੋਂ ਸਾਹਮਣੇ ਆਈ, ਜਿੱਥੇ ਤਕਰੀਬਨ 2 ਕਰੋੜ ਦੀ ਡਰੱਗ ਮਨੀ ਜਿਹੜੀ ਹੈ ਬਰਾਮਦ ਕੀਤੀ ਗਈ। ਇਸ ਸਾਂਝੇ ਓਪਰੇਸ਼ਨ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਅਤੇ BSF ਨੇ ਬੜੀ ਅਹਿਮ ਭੂਮਿਕਾ ਨਿਭਾਈ, ਉੱਥੇ ਕੁਝ ਜਿਹੜੇ ਵਿਅਕਤੀ ਫੜੇ ਗਏ, ਇਹ ਪਤਾ ਲੱਗਾ ਕਿ ਇਹ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਵੇਚਦੇ ਸੀਗੇ, ਪੰਜਾਬ ਦੇ ਵਿੱਚ ਵੇਚਦੇ ਸੀਗੇ, ਤਾਂ ਉਸ ਤੋਂ ਬਾਅਦ ਜਿਹੜਾ ਪੈਸਾ ਆਉਂਦਾ ਸੀ ਉਹਨੂੰ ਕਿਸ ਤਰੀਕੇ ਨਾਲ ਹਵਾਲੇ ਦੇ ਪੈਸੇ ਦੇ ਵਿੱਚ ਕਨਵਰਟ ਕਰਕੇ ਵਰਤਿਆ ਜਾ ਰਿਹਾ ਸੀਗਾ। ਤਾਂ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੀ ਰੇਡ ਕੀਤੀ ਗਈ ਉਹਦੇ ਵਿੱਚ ਵੱਡੀ ਤੈਨਾਤੀ ਕੀਤੀ ਸੀ, ਵੱਡੇ ਪੱਧਰ 'ਤੇ ਪੁਲਿਸ ਦੀ ਜਿਹੜੀ ਨਫ਼ਰੀ ਸੀਗੀ ਉਹਦੀ ਇਸਤੇਮਾਲ ਕੀਤਾ ਗਿਆ। ਉਸ ਤੋਂ ਬਾਅਦ ਕਿਸ ਤਰੀਕੇ ਨਾਲ BSF ਦੇ ਸਹਿਯੋਗ ਦੇ ਨਾਲ ਇਸ ਪੂਰੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਇਹ ਡਰੱਗ ਮਨੀ ਜਿਹੜੀ ਹੈ ਖਾਸ ਕਰਕੇ ਇਸ ਪੈਸੇ ਨੂੰ ਗਿਣਨ ਦੇ ਲਈ ਮਸ਼ੀਨਾਂ ਦਾ ਇਸਤੇਮਾਲ ਕਰਨਾ ਪਿਆ, ਇਸ ਤਰੀਕੇ ਨਾਲ ਵੱਡੇ ਪੱਧਰ 'ਤੇ ਇਹ ਲੋਕ ਜਿਹੜੇ ਸੀਗੇ ਨਸ਼ੇ ਦੇ ਤਸਕਰ ਜਿਹੜੇ ਸੀਗੇ ਪੈਸਾ ਜਿਹੜਾ ਸੀਗਾ ਕਮਾਈ ਉਹਦੀ ਕਰ ਰਹੇ ਸੀਗੇ। ਤਾਂ ਵੱਡੇ
ਸਵਾਲ ਖੜ੍ਹੇ ਹੋ ਜਾਂਦੇ ਨੇ ਕਿ ਚੋਣਾਂ ਤੋਂ ਐਨ ਬਾਅਦ ਹੀ ਇਹ ਕਾਰਵਾਈ ਕਿਸ ਤਰੀਕੇ ਨਾਲ ਸਾਹਮਣੇ ਆਈ, ਇਹ ਜਿਹੜੇ ਨਸ਼ੇ ਦੇ ਕਾਰੋਬਾਰੀ ਸੀ ਇਹਨਾਂ 'ਤੇ ਕਦੋਂ ਤੋਂ ਇਹਨਾਂ ਤੋਂ ਪੈਸਾ ਇਸ ਤਰੀਕੇ ਨਾਲ ਆ ਰਿਹਾ ਸੀਗਾ, ਅਤੇ ਇਹਨਾਂ ਨੇ ਇਹ ਜਿਹੜਾ ਪੈਸਾ ਹੁਣ ਤੱਕ ਕਮਾਇਆ ਕਿੱਥੇ ਕਿੱਥੇ ਵਰਤਿਆ, 2 ਕਰੋੜ ਤਾਂ ਉਹ ਰੁਪਈਆ ਹੈਗਾ ਜਿਹੜਾ ਇਹਨਾਂ ਤੋਂ ਬਰਾਮਦ ਹੋ ਗਿਆ। ਤਕਰੀਬਨ ਇਹ ਦੱਸਿਆ ਜਾ ਰਿਹਾ ਕਿ ਮੌਕੇ 'ਤੇ ਜਿਹੜੇ ਪੈਸੇ ਬਰਾਮਦ ਹੋਏ 1 ਕਰੋੜ 97 ਲੱਖ ਤੋਂ ਜ਼ਿਆਦਾ ਸੀਗੇ। ਤਾਂ ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਨਸ਼ਾ ਲਿਆਂਦਾ ਜਾਂ ਨਸ਼ੇ ਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਜੁੜੇ ਹੋ ਸਕਦੇ ਨੇ, ਤਾਂ ਇਹ ਬੜੇ ਵੱਡੇ ਸਵਾਲ ਨੇ, ਵੱਡੇ ਸ਼ੰਕੇ ਨੇ। ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਅਤੇ ਜਿਹੜੇ BSF ਦੇ ਅਧਿਕਾਰੀ ਸੀ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਬੜੀਆਂ ਚੀਜ਼ਾਂ ਦੱਸੀਆਂ ਕਿ ਇਹ ਲੋਕ ਜਿਹੜੇ ਸੀਗੇ ਲਗਾਤਾਰ ਲੰਬੇ ਸਮੇਂ ਤੋਂ ਇਸ ਚੀਜ਼ ਦੇ ਵਿੱਚ ਐਕਟਿਵ ਸੀ। ਇਹਨਾਂ ਦੀ ਜਾਣਕਾਰੀ ਜਿਹੜੀ BSF ਦੀ ਸੂਚਨਾ ਕੇਂਦਰ 'ਤੇ ਸਾਨੂੰ ਮਿਲੀ, ਤਾਂ ਉਸ ਤੋਂ ਬਾਅਦ ਸਾਂਝੇ ਤੌਰ 'ਤੇ ਓਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ। ਉਹਨਾਂ ਨੇ ਇਹ ਵੀ ਸ਼ੰਕੇ ਜ਼ਾਹਿਰ ਕੀਤੇ ਨੇ ਕਿ ਇਹਨਾਂ ਵਿਅਕਤੀਆਂ ਦੇ ਨਾਲ ਹੋਰ ਵਿਅਕਤੀ ਵੀ ਰਲੇ ਹੋ ਸਕਦੇ ਨੇ, ਜਿਨ੍ਹਾਂ ਤੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਆਸ ਹੈਗੀ ਹੈ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ। ਫਿਲਹਾਲ ਬੜੀ ਚਿੰਤਾ ਦੀ ਗੱਲ ਹੈ ਕਿ ਇੰਨੀ ਵੱਡੀ ਖੇਪ ਦੇ ਵਿੱਚ ਜਿਹੜਾ ਨਸ਼ਾ ਵੇਚਿਆ ਗਿਆ ਹੋਊਗਾ ਤਾਂ ਕਿੰਨੇ ਉਸ ਦੇ ਨਾਲ ਲੋਕ ਜਾਂ ਨੌਜਵਾਨ ਪ੍ਰਭਾਵਿਤ ਹੋਏ ਹੋਣਗੇ। 2 ਕਰੋੜ ਦੀ ਰਾਸ਼ੀ ਦੱਸੀ ਜਾ ਰਹੀ ਹੈ, ਤਾਂ ਇਸ ਤੋਂ ਪਹਿਲਾਂ ਵੀ ਉਹ ਵਿਅਕਤੀ ਜਿਹੜੇ ਨੇ ਜਿਹੜੇ ਐਕਟਿਵਲੀ ਕੰਮ ਕਰ ਰਹੇ ਸੀ ਤਾਂ ਕਿੰਨਾ ਨਸ਼ਾ ਵੇਚ ਚੁੱਕੇ ਹੋਣਗੇ। ਫਿਲਹਾਲ ਇਹ ਬੜੀ ਵੱਡੀ ਸਮੱਸਿਆ ਹੈਗੀ ਪੰਜਾਬ ਲਈ। ਇੱਕ ਪਾਸੇ ਪੰਜਾਬ ਦੇ ਵਿੱਚ ਲੋਕ ਉਹਨਾਂ ਲੋਕਾਂ ਨੂੰ ਚੁਣਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਕਾਰਵਾਈਆਂ ਚਾਹੁੰਦੇ ਨੇ, ਅਤੇ ਦੂਜੇ ਪਾਸੇ ਐਡਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਵੇਚਣ ਵਾਲੇ ਵੀ ਫੜ ਹੋ ਰਹੇ ਨੇ। ਤਾਂ ਇਹ ਚਿੰਤਾ ਦੀ ਗੱਲ ਹੈ ਕਿ ਇਹਨਾਂ ਦੇ ਖਿਲਾਫ ਕਦੋਂ ਕੋਈ ਸਖਤ ਪ੍ਰਬੰਧ ਹੋਣਗੇ, ਕੋਈ ਸਖਤ ਕਾਨੂੰਨ ਹੋਣਗੇ, ਤਾਂ ਜੋ ਇਹ ਵੀ ਨਸ਼ਾ ਜਿਹੜਾ ਹੈਗਾ ਪੱਕੇ ਤੌਰ 'ਤੇ ਰੋਕਿਆ ਜਾ ਸਕੇ। ਫਿਲਹਾਲ ਤਮਾਮ ਖਬਰਾਂ 'ਤੇ ਝਾਤ ਮਾਰੀ ਹੈਗੀ ਤੁਹਾਡੇ ਨਾਲ ਅਸੀਂ, ਤਾਂ ਇਸ ਖਬਰ ਦੇ ਵਿੱਚ ਵੀ ਬੜੀ ਅਹਿਮ ਚੀਜ਼ ਆ, ਅਫਸਰ ਜਿਹੜੇ ਨੇ BSF ਦੇ ਅਤੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕੀ ਕੁਝ ਕਹਿ ਰਹੇ ਨੇ, ਉਹਨਾਂ ਦੀ ਗੱਲ ਸੁਣ ਲੈਂਦੇ ਹਾਂ। BSF ਵੱਲੋਂ ਆਈ ਇਨਫੋਰਮੇਸ਼ਨ ਦੇ ਬੇਸ 'ਤੇ SSP ਸਰਦਾਰ ਸਤਿੰਦਰ ਸਿੰਘ ਜੀ ਦੀ ਡਾਇਰੈਕਸ਼ਨ 'ਤੇ ਇੱਕ ਸਾਂਝਾ ਓਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਵਾਸੀਆਂ ਨੂੰ ਕੱਕੜ ਥਾਣਾ ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ। ਅਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਅਤੇ ਉਹਨੂੰ ਸੇਲ ਕਰਕੇ ਅਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸ਼ੀ 'ਚ ਕਨਵਰਟ ਕਰਦੇ ਨੇ, ਜਿਸ ਦੇ ਆਧਾਰ 'ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ, ਜਿੱਥੋਂ 3 ਬੈਗ ਪੈਸਿਆਂ ਦੇ ਮਿਲੇ, ਇੰਡੀਅਨ ਕਰੰਸੀ ਦੇ ਮਿਲੇ, ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਣਿਆ ਗਿਆ, ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1,97,14,650 ਰੁਪਈਏ ਜਿਹੜੇ ਹੈ ਬਣੇ ਸੀ, ਜਿਨ੍ਹਾਂ ਨੂੰ ਕਸਟੱਡੀ ਪੁਲਿਸ 'ਚ ਲਿਆ ਗਿਆ। ਅਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਲਿੰਕ ਨੇ ਉਸ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਤੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਹੀ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ, ਅਤੇ ਜਿਨ੍ਹਾਂ 'ਤੇ ਵੀ ਅਲੱਗ ਅਲੱਗ NDPS ਐਕਟ ਕੇਸ ਰਜਿਸਟਰਡ ਨੇ। ਇੱਕ ਦਾ ਨਾਂ ਹੈ ਹਰਭੇਜ ਸਿੰਘ ਅਤੇ ਦੂਸਰੇ ਦਾ ਨਾਂ ਹੈਗਾ ਗੁਰਭੇਜ ਸਿੰਘ। ਅਤੇ ਇਹਨਾਂ ਤੋਂ ਉਸ ਤੋਂ ਇਲਾਵਾ 5 ਮੋਬਾਈਲ ਅਤੇ 1 ਲੈਪਟੋਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਜੀ। ਇਹ ਡਰੱਗ ਮਨੀ ਹੈ ਜੀ, ਜਿਹੜੀ ਇੱਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ, ਇਹ ਉਹ ਚੀਜ਼ ਹੈ। ਹਵਾਲਾ ਦੀ ਗੱਲ ਕੀਤੀ, ਹਵਾਲਾ ਕਿਵੇਂ ਕਰਦੇ? ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਦੇਣਾ ਹੁੰਦਾ, ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ। ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ ਕਰਦੇ ਸੀ ਭੇਜਣ ਦਾ। ਜੋ 1800 ਵਜੇ ਓਪਰੇਸ਼ਨ ਹੁਆ ਥਾ ਜੁਆਇੰਟ, ਔਰ ਪੁਲਿਸ ਨੇ ਹਮਾਰਾ ਬਹੁਤ ਸਹਿਯੋਗ ਦਿਆ, ਔਰ ਆਖਿਰ ਤੱਕ ਰਾਤ ਕੇ 2300 ਵਜੇ ਤੱਕ ਜੋ ਵੀ ਕਾਰਵਾਈ ਥੀ ਉਸਮੇ ਸਾਰੀ ਮਦਦ ਕਰੀ। ਔਰ ਪੁਲਿਸ ਕੋ ਜਬ ਵੀ ਹਮ ਵੀ ਬੋਰਡਰ ਕੀ ਬੈਲਟ ਮੇਂ ਜੋ ਵੀ ਓਪਰੇਸ਼ਨ ਕਰਤੇ ਹੈ, ਜਬ ਵੀ ਇਨਕੋ
फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है। डिप्टी एसपी साहब ने सारा बता दिया, ये ऐसे ऐसे इंफॉर्मेशन थी उसके आधार पे ऑपरेशन किया गया ज्वाइंट, तो उसमें ये अचीवमेंट हुआ है ये सबके सामने। ठीक है, जो कि 1 करोड़ आप बता दिया 97,14,000 और 500 कुछ रुपए। इतनी बड़ी कामयाबी समझते हो बीएसएफ की पुलिस के साथ? तो ये मैंने बताया कि पुलिस हमारा हर जगह सहयोग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर, आप लोगों ने देखे भी हैं, और हमारा काफ़ी अच्छा कोऑपरेशन है, उसका ये जो अच्छा नतीजा है। फिलहाल दोस्तों अज इन्ना ही, बहुत सारिया चीज़ा सगिया पंजाब की सियासत न जुड़िया, देश की सियासत न जुड़िया, जिन्हें झात मारी हैगी है। तुम इस बारे की सोचते हो, अपने कमेंट अपन टिप्पणियाँ जरूर साझी करो। फिलहाल तेरे तो इतों ही आगे लैनी है। बहुत बहुत धन्यवाद।